दुखी बहुत सी मेरे दिल दी रानी, दुख फोल के ना गई, ओ रोंदी रोंदी मुड़ गई, आई सी कुछ बोल के ना गई। 98-95 ਦੇ ਵਿੱਚ ਮੈਂ ਰੇਡੀਓ ਤੇ ਗਾਉਣਾ ਸ਼ੁਰੂ ਕਰਤਾ ਸੀਗਾ। ਅੱਛਾ ਜੀ। ਔਰ ਰੇਡੀਓ ਦੇ ਵਿੱਚ ਮੈਂ ਹੁਣ ਤੱਕ ਵੀ ਮੇਰੇ ਤੋਂ 220 ਰੁਪਏ ਦੇ ਮੇਰੇ ਕੋਲ ਉਹ ਚੈੱਕ ਪਏ ਹੋਏ ਨੇ, ਉਹਨਾਂ ਦੀਆਂ ਫੋਟੋ ਕਾਪੀਆਂ ਜਿਹੜੇ ਮੈਨੂੰ ਜਲੰਧਰ ਦੂਰਦਰਸ਼ਨ ਤੋਂ ਮਿਲੇ ਸੀਗੇ ਔਰ ਜਿਹੜੇ ਮੈਨੂੰ ਰੇਡੀਓ ਸਟੇਸ਼ਨ ਤੋਂ ਮਿਲੇ ਸੀਗੇ, ਚੰਦ ਗੁਰ ਕੀ ਬਡਾਲੀ ਵਾਲੇ ਪਿਆਰੇ ਲਾਲ ਜੀ, ਔਰ ਉਹਨਾਂ ਨੂੰ ਵੀ ਮੈਂ ਬਹੁਤ ਲਾਈਕ ਕਰਦਾ ਤਕਰੀਬਨ, ਕਿਉਂਕਿ ਜੇ ਕਲਾਕਾਰਾਂ ਤੇ ਸੁਣਦੇ ਤਾਂ ਸਾਰਿਆਂ ਨੂੰ ਹੀ ਆਪਾਂ, ਪਰ ਜਦੋਂ ਰੂਹ ਦੀ ਗੱਲ ਕਰਨੀ ਹੋਵੇ ਨਾ ਫਿਰ ਉਹਨਾਂ ਕਲਾਕਾਰਾਂ ਨੂੰ ਸੁਣ ਕੇ ਬਹੁਤ ਆਨੰਦ ਆਉਂਦਾ, ਬਹੁਤ ਮਜ਼ਾ ਆਉਂਦਾ। ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਆ ਕੇ ਵੀ ਨਹੀਂ ਜਾਂਦੀਆਂ, ਅਤੇ ਕੁਝ ਐਸੀਆਂ ਹੁੰਦੀਆਂ ਜਿਹੜੀਆਂ ਜਾ ਕੇ ਵੀ ਨਹੀਂ ਜਾਂਦੀਆਂ। ਸਰਦੂਲ ਸਿਕੰਦਰ ਜੀ ਉਹਨਾਂ ਦੇ ਵਿੱਚੋਂ ਇੱਕ ਸੀਗੇ, ਉਹ ਚਲੇ ਗਏ ਨੇ ਪਰ ਜਾ ਕੇ ਵੀ ਉਹ ਗਏ ਨਹੀਂ, ਉਹ ਸਾਡੇ ਵਿੱਚ ਨੇ। ਅਸੀਂ ਵਾਅਦੇ ਕਰਕੇ ਮੁਕਰੇ ਹਾਂ ਤੇਰੇ ਤੋਂ ਯਾਰਾ, ਕੀ ਪਰਦਾ ਕੀ ਕਰੀਏ ਦੱਸ, ਕੀ ਕਰੀਏ ਮਜਬੂਰੀ ਸੀ ਵੱਖ ਹੋਣ ਨੂੰ, ਕੀ ਦਾ ਜੀ ਕਰਦਾ। ਜਗਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਦਲਵੀਰ ਜੱਲੋਵਾਲੀ ਵੱਲੋਂ ਪਿਆਰ ਅਤੇ ਮੋਹ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਖਾਸ ਸ਼ਖਸੀਅਤ, ਨਾਮਵਰ ਗਾਇਕ ਜਿਨ੍ਹਾਂ ਨੂੰ ਪੰਜਾਬੀਆਂ ਨੇ ਬੇਸ਼ੁਮਾਰ ਮੁਹੱਬਤ ਦਿੱਤੀ ਉਹਨਾਂ ਦੇ ਸੁਪਰ ਹਿੱਟ ਗਾਣਿਆਂ ਕਰਕੇ। ਉਹਨਾਂ ਦੇ ਗਾਣੇ ਨੇ ਜਿਵੇਂ ਕਿ ਬਾਜ਼ੀ ਮਾਰ ਗਿਆ, ਬਠਿੰਡੇ ਵਾਲਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ, ਵਾਅਦੇ, ਕੱਚਿਆਂ ਘਰਾਂ ਦੇ ਵਿੱਚ ਵਸਣਾ ਪਊਗਾ ਜੇ ਤੂੰ ਸਾਡੇ ਨਾਲ ਕਰੇਂਗੀ ਪਿਆਰ। ਸੋ ਐਸੇ ਸੁਪਰ ਹਿੱਟ ਗਾਣੇ ਜਿਹਨੇ ਕਿ ਨੀਲ ਪੱਥਰ ਸਾਬਤ ਹੋਏ ਨੇ। ਸੋ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਇਹਨਾਂ ਦੇ ਗਾਇਕੀ ਸਫ਼ਰ ਬਾਰੇ, ਕਿਸਾਨੀ ਸੰਘਰਸ਼ ਜਿਹੜਾ ਕਿ ਮੋਰਚਾ ਫਤਿਹ ਹੋ ਗਿਆ, ਸੋ ਹੋਰ ਢੇਰ ਸਾਰੀਆਂ ਗੱਲਾਂ ਬਾਤਾਂ। ਸੋ ਜਿਹੜੇ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਗਾਇਕ ਫਨਕਾਰ ਦੀ ਗੱਲ ਕਰ ਰਿਹਾ, ਜਿਨ੍ਹਾਂ ਦਾ ਨਾਮ ਹੈ ਮਨਜੀਤ ਰੂਪੋਵਾਲੀਆ। ਸਭ ਤੋਂ ਪਹਿਲਾਂ ਇਹਨਾਂ ਦਾ ਜਗਬਾਣੀ ਟੀਵੀ 'ਤੇ ਨਿੱਘਾ ਸਵਾਗਤ ਕਰ ਲੈਂਦੇ ਹਾਂ। ਮਨਜੀਤ ਰੂਪੋਵਾਲੀ ਜੀ, ਜਗਬਾਣੀ ਟੀਵੀ 'ਤੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮੱਚ ਜਲਵਾਲੀ ਸਾਹਿਬ, ਅਤੇ ਸਭ ਤੋਂ ਪਹਿਲਾਂ ਤਾਂ ਮੇਰੀਆਂ ਮਾਤਾਵਾਂ ਨੂੰ, ਬਜ਼ੁਰਗਾਂ ਨੂੰ, ਮੇਰੇ ਹਮ ਉਮਰ ਸਾਥੀਆਂ ਨੂੰ, ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਇੱਕ ਵਾਰੀ ਮੈਂ ਕਹਿਣਾ ਚਾਹੁੰਦਾ ਕਿ ਜਿੱਥੇ ਰਹੋ ਖੁਸ਼ ਰਹੋ ਹੱਸਦੇ ਪੰਜਾਬੀਓ, ਮੇਰੀਆਂ ਦੁਆਵਾਂ ਰਹੋ ਵਸਦੇ ਪੰਜਾਬੀਓ। ਜਗਬਾਣੀ ਟੀਵੀ ਦੀ ਸਾਰੀ ਹੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਥੈਂਕ ਯੂ ਵੀ, ਔਰ ਬਹੁਤ ਬਹੁਤ ਮੁਬਾਰਕਾਂ ਵੀ। ਜੀ ਜੀ, ਮਨਜੀਤ ਰੂਪੋਵਾਲੀ ਜੀ, ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰ ਲੈਂਦੇ ਹਾਂ ਵੀ ਤੁਹਾਡਾ ਸੰਗੀਤਕ ਸਫ਼ਰ ਕਦੋਂ ਤੁਸੀਂ ਸ਼ੁਰੂ ਕੀਤਾ, ਗੁਰੂ ਕਿਸ ਨੂੰ ਧਾਰਿਆ ਜੀ, ਦਿਓ ਜਾਣਕਾਰੀ ਦੀ। ਐਕਚੁਲੀ ਸਫ਼ਰ ਤਾਂ ਜਿਵੇਂ ਬਚਪਨ ਤੋਂ ਹੀ, ਮੇਰਾ ਪਿੰਡ ਰੂਪੋਵਾਲਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੈ, ਔਰ ਬਚਪਨ ਤੋਂ ਹੀ ਮੈਂ ਛੋਟੀਆਂ ਛੋਟੀਆਂ ਸੁਭਾਵਾਂ ਦੇ ਵਿੱਚ ਧਾਰਮਿਕ ਪ੍ਰੋਗਰਾਮਾਂ 'ਤੇ ਮਨਜਾਇਆ ਕਰਦਾ ਸੀਗਾ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਪ੍ਰਾਇਮਰੀ ਸਕੂਲ ਤੋਂ ਬਾਅਦ ਹਾਈ ਸਕੂਲ ਦੇ ਵਿੱਚ ਐਡਮਿਸ਼ਨ ਲੈ ਲਈ। ਹਾਈ ਸਕੂਲ ਦੇ ਵਿੱਚ ਫਿਰ ਜਦੋਂ ਕੰਪੀਟੀਸ਼ਨ ਹੁੰਦੇ ਸੀ ਉਹਦੇ ਵਿੱਚ ਮੈਂ ਪਾਰਟੀਸਪੇਟ ਕਰਦਾ ਸੀਗਾ, ਔਰ ਟੀਚਰ ਸਾਹਿਬਾਨ, ਹੈੱਡ ਮਾਸਟਰ ਸਾਹਿਬਾਨ, ਅਤੇ ਉਹਨਾਂ ਨੇ ਮਤਲਬ ਮੈਨੂੰ ਬਹੁਤ ਪਿਆਰ ਦਿੱਤਾ। ਸਕੂਲ ਦੀ ਫਿਰ ਮੇਰੇ ਕੋਲੋਂ ਪ੍ਰੇਅਰ ਵੀ ਕਰਾਉਣੀ ਸ਼ੁਰੂ ਕਰਤੀ, ਸਾਰੇ ਸਕੂਲ ਦੀ ਹਾਜ਼ਰੀ ਵੀ ਲਗਾਉਣੀ ਸ਼ੁਰੂ ਕਰਤੀ, ਫਿਰ ਜਿਹੜੇ ਵੀ ਸਕੂਲ ਦੇ ਕੰਪੀਟੀਸ਼ਨ ਹੁੰਦੇ ਸੀ ਉਹਦੇ ਵਿੱਚ ਮੈਨੂੰ ਉਹਨਾਂ ਨੇ ਭੇਜਣਾ ਸ਼ੁਰੂ ਕਰਤਾ, ਔਰ ਪ੍ਰਾਇਮਰੀ ਸਕੂਲ ਦੇ ਵਿੱਚ ਹੀ ਮੈਂ ਫਸਟ ਪ੍ਰਾਈਜ਼ ਜਿੱਤ ਕੇ ਲੈ ਆਇਆ ਸੀ ਪ੍ਰਾਇਮਰੀ ਸਕੂਲ ਦੇ ਵਿੱਚ, ਪੰਜਵੀਂ ਕਲਾਸ 'ਚ। ਕਿਆ ਬਾਤ ਹੈ ਜੀ ਜੀ। ਸੋ ਜੇ ਆਪਾਂ ਤੁਹਾਨੂੰ ਪੁੱਛਣਾ ਹੋਵੇ ਸੰਗੀਤਕ ਜਿਹੜੀਆਂ ਬਰੀਕੀਆਂ ਕਿਹਨਾਂ ਤੋਂ ਸਿੱਖੀਆਂ, ਤੁਸੀਂ ਗੁਰੂ ਕਿਸ ਨੂੰ ਬਣਾਇਆ? ਬਿਲਕੁਲ ਜੀ, ਮੈਂ ਐਕਚੁਲੀ ਜਦੋਂ 10ਵੀਂ ਤੋਂ ਬਾਅਦ ਮੈਂ +1 ਦੇ ਵਿੱਚ ਮੈਂ ਸਟੱਡੀ ਲਈ ਖਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਐਡਮਿਸ਼ਨ ਲਈ, ਉਹਦੇ ਵਿੱਚ ਬਕਾਇਦਾ ਮੈਂ ਇਹਨੂੰ ਸਬਜੈਕਟ ਦੇ ਤੌਰ 'ਤੇ ਲਿਆ ਸਾਡੇ ਅਰੁਣ ਵਾਲੀਆ ਮੈਡਮ ਜੀ ਹੁਸ਼ਿਆਰਪੁਰ ਤੋਂ, ਔਰ ਉਹ ਸਾਡੇ ਟੀਚਰ ਸੀਗੇ। ਔਰ ਉਸ ਤੋਂ ਬਾਅਦ ਮੈਂ ਫਿਰ ਲੁਧਿਆਣੇ ਆ ਗਿਆ, ਲੁਧਿਆਣੇ ਮੈਂ ਆ ਕੇ ATI ਡਿਪਲੋਮਾ ਕੀਤਾ ਇਲੈਕਟ੍ਰੀਸ਼ਨ ਦਾ, ਨਾਲ ਦੀ ਨਾਲ ਮੈਂ ਪਰਮਿੰਦਰ ਸੰਧੂ ਜੀ ਦਾ ਗਰੁੱਪ ਜੁਆਇਨ ਕਰ ਲਿਆ, ਅਤੇ ਪਰਮਿੰਦਰ ਸੰਧੂ ਜੀ ਦੇ ਕੋਲੋਂ ਮੈਂ ਬਹੁਤ ਗਾਇਕੀ ਦੀਆਂ ਬਰੀਕੀਆਂ, ਪ੍ਰੋਗਰਾਮਾਂ 'ਤੇ ਪ੍ਰੋਗਰਾਮ 'ਤੇ ਜਾਣਾ ਕਿਵੇਂ ਆ, ਕੱਪੜਿਆਂ ਦੀ ਸਿਲੈਕਸ਼ਨ ਕਿਵੇਂ ਕਰਨੀ ਆ, ਮੈਟਰ ਦੀ ਸਿਲੈਕਸ਼ਨ ਕਿਵੇਂ ਕਰਨੀ ਆ, ਪ੍ਰੋਗਰਾਮ 'ਤੇ ਜਾ ਕੇ ਫਿਰ ਅਖਾੜਿਆਂ ਦੇ ਵਿੱਚ ਗੱਲ ਕਿਵੇਂ ਕਹਿਣੀ ਆ, ਕਿੱਦਾਂ ਕਹਿਣੀ ਆ, ਗੱਲ ਕਰਨ ਦਾ ਲਹਿਜ਼ਾ ਕੀ ਹੋਣਾ ਚਾਹੀਦਾ, ਔਰ ਰਿਸਪੈਕਟ ਦੂਜੇ ਨੂੰ ਕਿਵੇਂ ਦੇਣੀ ਆ,
ਤੇ ਸਟੇਜ ਦੇ ਉੱਤੇ ਕੀ ਬੋਲਣਾ ਤੇ ਕੀ ਨਹੀਂ ਬੋਲਣਾ, ਜੀ ਇਹ ਜੀ ਮੈਂ ਸਾਰਾ ਕੁਝ ਉਹਨਾਂ ਦੇ ਕੋਲੋਂ ਸਿੱਖਿਆ। ਜੇ ਆਪਾਂ ਮੈਂ ਗੱਲ ਕਰਨੀ ਹੈ ਵੀ ਇਹ ਕਿਹੜੇ ਸੰਦ ਦੇ ਵਿੱਚ ਤੁਸੀਂ ਪ੍ਰੋਫੈਸ਼ਨਲੀ ਮਤਲਬ ਗਾਇਕੀ ਦੇ ਖੇਤਰ ਵਿੱਚ ਕਿਹੜੇ ਸੰਦ ਦੇ ਵਿੱਚ ਸ਼ੁਰੂ ਕੀਤਾ? ਐਕਚੁਅਲੀ ਮੈਂ ਤਕਰੀਬਨ 98-95 ਦੇ ਵਿੱਚ ਮੈਂ ਰੇਡੀਓ 'ਤੇ ਗਾਉਣਾ ਸ਼ੁਰੂ ਕਰਤਾ ਸੀਗਾ, ਅੱਛਾ ਜੀ। ਔਰ ਰੇਡੀਓ ਦੇ ਵਿੱਚ ਮੈਂ ਹੁਣ ਤੱਕ ਵੀ, ਮੇਰੇ ਤੋਂ 220 ਰੁਪਏ ਦੇ ਮੇਰੇ ਕੋਲ ਉਹ ਚੈੱਕ ਪਏ ਹੋਏ ਨੇ ਉਹਨਾਂ ਦੀਆਂ ਫੋਟੋ ਕਾਪੀਆਂ, ਜੀ, ਜਿਹੜੇ ਮੈਨੂੰ ਜਲੰਧਰ ਦੂਰਦਰਸ਼ਨ ਤੋਂ ਮਿਲੇ ਸੀਗੇ ਵਾਹ ਜੀ ਔਰ ਵਾਹ, ਜਿਹੜੇ ਮੈਨੂੰ ਰੇਡੀਓ ਸਟੇਸ਼ਨ ਤੋਂ ਮਿਲੇ ਸੀਗੇ। ਜੀ ਜੀ। ਔਰ ਮੈਨੂੰ ਬਹੁਤ ਸੁਭਾਗਾ ਮੇਰੇ ਲਈ ਸਮਾਂ ਰਿਹਾ ਕਿਉਂਕਿ ਮੈਂ ਰੇਡੀਓ ਅਪਰੂਵਡ ਕਲਾਕਾਰ ਹਾਂ ਜੀ ਜੀ। ਔਰ ਟੀਵੀ ਦੇ ਉੱਤੇ ਵੀ ਮੇਰੇ ਬਹੁਤ ਸਾਰੇ ਅਨੇਕਾਂ ਗੀਤ ਸਮੇਂ-ਸਮੇਂ ਤੇ ਆਉਂਦੇ ਰਹੇ ਔਰ ਜਿਨ੍ਹਾਂ ਦੇ ਕਰਕੇ ਪਰਮਾਤਮਾ ਦੀ ਕਿਰਪਾ ਹੁੰਦੀ ਰਹੀ। ਬਿਲਕੁਲ ਜੀ, ਤੁਹਾਡੇ ਅਨੇਕਾਂ ਸੁਪਰਹਿੱਟ ਗਾਣੇ ਆ ਜਿਵੇਂ ਕਿ ਬਾਜੀ ਮਾਰ ਗਿਆ, ਬਠਿੰਡੇ ਵਾਲੇ ਗੱਭਰੂ, ਜੀ ਜੀ ਜੀ, ਇਸ ਦਾ ਸਥਾਈ ਅੰਤਰਾ ਹੋ ਜਾਵੇ ਤਾਂ ਕਿਆ ਬਾਤ ਹੈ ਜੀ ਜੀ। ਇਹ ਜਲਵਾਲੀ ਸਾਹਿਬ ਇਹ ਗੀਤ ਤਾਂ ਬਹੁਤ ਬਾਅਦ 'ਚ ਆਏ ਨੇ, ਜੀ ਉਸ ਤੋਂ ਪਹਿਲਾਂ ਗੀਤ ਦਿਲ ਸੋਚ ਕੇ ਲਾਈ ਯਾਰ ਸ਼ਾਇਦ ਕੁੜੀ ਉਹੀ ਹੋਣੀ ਆ, ਜੀ ਜੀ, ਔਰ ਉਸ ਤੋਂ ਬਾਅਦ ਮੈਨੂੰ ਯਾਦ ਆ ਹੁਣ ਤੱਕ ਕਿ ਜਲੰਧਰ ਦੂਰਦਰਸ਼ਨ ਤੇ 2-ਟਰੈਕ ਰਿਕਾਰਡਿੰਗ ਹੁੰਦੀ ਸੀ, ਅੱਛਾ ਜੀ, ਉਹ ਵੀ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੋਇਆ, ਜੀ ਜੀ, 2-ਟਰੈਕ ਰਿਕਾਰਡਿੰਗ ਕੀਤੀ ਹੈ ਮੇਰੀ 11 ਦੀ ਮਹਿੰਦੀ ਟੇਪ ਆਈ ਸੀ ਸਭ ਤੋਂ ਪਹਿਲੇ ਐਲਬਮ, ਉਹਦੇ ਵਿੱਚ ਫਿਰ ਇਹ ਟਾਈਟਲ ਸੌਂਗ ਸੀਗਾ, ਫਿਰ ਮੈਂ ਲਿਸ਼ਕਾਰਾ ਪੁਰਾਣ ਦੇ ਵਿੱਚ ਗਾਇਆ ਤੇ ਬਹੁਤ ਮਤਲਬ ਲੋਕਾਂ ਨੇ ਲਾਈਕ ਕੀਤਾ ਸਰੋਤਿਆਂ ਨੇ, ਔਰ ਉਸ ਤੋਂ ਬਾਅਦ ਫਿਰ ਬਾਜ਼ੀ ਟੇਪ ਤਾਂ 2000 ਦੇ ਨੇੜੇ ਤੇੜੇ ਆਈ ਸੀ, ਜੀ ਜੀ, ਤੋ ਉਹਦੇ ਦੋ ਬੋਲ ਤੁਹਾਡੇ ਨਾਲ ਸਾਂਝੇ ਕਰ ਦਿੰਦੇ। ਜੀ ਜੀ। ਕੁੜੀ ਲੁਧਿਆਣੇ ਦੀ ਸੀ ਮੇਰੇ ਨਾਲ ਪੜ੍ਹਦੀ, ਇੱਕ ਸੀ ਜਲੰਧਰ ਦੀ ਇੱਕ ਚੰਡੀਗੜ੍ਹ ਦੀ, ਜੱਚੀ ਸਾਰਿਆਂ ਚੋਂ ਕੁੜੀ ਪਟਿਆਲੇ ਦੀ, ਸਾਰਿਆਂ ਚੋਂ ਕੁੜੀ ਪਟਿਆਲੇ ਦੀ ਤੇ ਬਾਕੀ ਵੀ ਸੀ ਬਹੁਤ ਪਿਆਰੀਆਂ, ਉਹ ਮੁੰਡੇ ਪੱਕੇ ਨੇ ਬਠਿੰਡੇ ਵਾਲੇ, ਹਿੰਡ ਦੇ ਨੀ ਸਿਰਾਂ ਨਾਲ ਨਿਭਾਉਂਦੇ ਯਾਰੀਆਂ, ਉਹ ਮੁੰਡੇ ਪੱਕੇ ਨੇ ਬਠਿੰਡੇ ਵਾਲੇ, ਹਿੰਡ ਦੇ ਨੀ ਸਿਰਾਂ ਨਾਲ ਨਿਭਾਉਂਦੇ ਯਾਰੀਆਂ। ਵਾਹ ਜੀ ਵਾਹ। ਤੇ ਰੂਪ ਵਾਲੀਆ ਜੀ, ਤੁਸੀਂ ਸੋਲੋ ਤਾਂ ਚਲੋ ਗਾਉਂਦੇ ਹੋ, ਤੇ ਇਹ ਜਿਹੜਾ ਡਿਊਟ ਵਾਲਾ ਪ੍ਰੋਗਰਾਮ ਕਦੋਂ ਤੋਂ ਸ਼ੁਰੂ ਕੀਤਾ ਸੀ ਅਤੇ ਅੱਜ ਤੱਕ ਕਿੰਨੀਆਂ ਕੁ ਟੇਪਾਂ ਤੁਹਾਡੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ? ਜੀ ਜੀ, ਐਕਚੁਅਲੀ ਗੱਲ ਇੱਦਾਂ ਸੀਗੀ ਵੀ ਪਹਿਲਾਂ ਤਾਂ ਮੇਰੀਆਂ ਜਿੰਨੀਆਂ ਵੀ ਐਲਬਮਸ ਆਈਆਂ ਸੋਲੋ ਹੀ ਆਈਆਂ, ਚਾਹੇ ਕੱਚਿਆਂ ਘਰਾਂ ਦੇ ਵਿੱਚ ਵਸਣਾ ਪਊਗਾ, ਇੱਕ ਤੇਰੋ ਤੋਂ ਬਿਨਾਂ, ਔਰ ਉਸ ਤੋਂ ਬਾਅਦ ਦਿਲ ਸੋਚ ਕੇ ਲਾਈ, ਗਹਿਰਾਂ ਦੀ ਮਹਿੰਦੀ, ਤੇਰੀ ਬੇਵਫਾਈ, ਜੀ ਜੀ, ਲੰਘ ਜਾ ਮੋਰਨੀ ਹੈ, ਹਾਂਜੀ, ਤੇ ਅਨੇਕਾਂ ਟੇਪਾਂ ਸੋਲੋ ਆਈਆਂ ਸੀ। ਫਿਰ ਇੱਕ ਦੁਗਾਣਿਆਂ ਦਾ ਐਸਾ ਦੌਰ ਸ਼ੁਰੂ ਹੋਇਆ, ਕਰਮਜੀਤ ਪੁਰੀ ਜੀ ਨੇ ਫਿਰ ਮੇਰੇ ਗੀਤ ਰਿਕਾਰਡ ਕੀਤੇ ਆ, ਬਾਜ਼ੀ, ਇੱਕ ਦਾਰੂ, ਦੂਜੀ ਤੀਮੀ, ਰਗ ਰਗ ਚ ਵਸਾਈ ਫਿਰਦਾ, ਹੋੜ ਛੂਕਦਾ ਜਾਊ ਨੀ ਹੁਣ ਤੇਰੇ ਪੇਕਿਆਂ ਨੂੰ, ਜਾਨ ਜਾਨ ਕਹਿ ਕੇ ਮੇਰੀ ਜਾਨ ਕੱਢ ਲਈ। ਫਿਰ ਜਦੋਂ ਇੱਦਾਂ ਹੁੰਦਾ ਵੀ ਕੰਪਨੀ ਨਾਲ ਜਿਹਨਾਂ ਨਾਲ ਮੇਰਾ ਐਗਰੀਮੈਂਟ ਸੀ, ਔਰ ਜਦੋਂ ਕੋਈ ਇੱਕ ਗੀਤ ਚੱਲ ਜਾਵੇ ਨਾ, ਚਾਹੇ ਸੋਲੋ ਚੱਲ ਜਾਵੇ, ਚਾਹੇ ਸੈਡ ਚੱਲ ਜਾਵੇ, ਚਾਹੇ ਦੁਗਾਣਾ ਚੱਲ ਜਾਵੇ, ਫਿਰ ਕੰਪਨੀ ਨੂੰ ਇਹ ਹੁੰਦਾ ਵੀ ਇਹ ਦੁਗਾਣੇ 'ਚ ਚੱਲਿਆ ਵਧੀਆ, ਅਤੇ ਇਹਦੀਆਂ ਵੱਧ ਤੋਂ ਵੱਧ ਹੁਣ ਦੁਗਾਣੇ ਦੀਆਂ ਟੇਪਾਂ ਕਰੀਏ। ਬਿਲਕੁਲ, ਇਸੇ ਕਰਕੇ ਮੇਰੀਆਂ ਦੁਗਾਣੇ ਦੀਆਂ ਵੀ ਘੱਟੋ ਘੱਟ 3-4 ਟੇਪਾਂ, ਜਿਨ੍ਹਾਂ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਮਿਸ ਪੂਜਾ ਜੀ ਨਾਲ ਵੀ ਮੈਨੂੰ ਗਾਉਣ ਦਾ ਮੌਕਾ ਮਿਲਿਆ, ਔਰ ਸੁਦੇਸ਼ ਕੁਮਾਰੀ ਜੀ ਦੇ ਨਾਲ ਵੀ ਗਾਉਣ ਦਾ ਮੌਕਾ ਮਿਲਿਆ, ਜਸਪਿੰਦਰ ਨਰੂਲਾ ਜੀ ਨਾਲ ਵੀ ਗਾਉਣ ਦਾ ਮੌਕਾ ਮਿਲਿਆ, ਹੋਰ ਵੀ ਅਨੇਕਾਂ ਜਿਹੜੇ ਫੀਮੇਲ ਸਿੰਗਰ ਇੰਡੀਆ ਦੇ ਵਿੱਚ ਨੇ, ਸਾਰਿਆਂ ਨਾਲ ਗੁਰਲੇਜ ਅਖਤਰ ਜੀ ਨਾਲ ਮੈਨੂੰ ਗਾਉਣ ਦਾ ਮੌਕਾ ਮਿਲਿਆ, ਤੇ ਉਹਨਾਂ ਦੇ ਸਿਸਟਰ ਉਹਨਾਂ ਦੇ ਨਾਲ ਜੈਸਮੀਨ ਅਖਤਰ ਜੀ, ਹਾਂਜੀ, ਉਹਨਾਂ ਦੇ ਨਾਲ ਵੀ ਗਾਉਣ ਦਾ ਮੌਕਾ ਮਿਲਿਆ, ਤੇ ਤਕਰੀਬਨ ਮੈਂ ਫੀਮੇਲ ਸਿੰਗਰ ਜਿੰਨੇ ਵੀ ਬਹੁਤ ਟੌਪ ਮੋਸਟ ਨੇ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਜੀ ਜੀ ਜੀ। ਇੱਕ ਤੁਹਾਡਾ ਉਦਾਸ ਗਾਣਾ ਸੀਗਾ ਵਾਦੇ, ਜੀ ਜੀ, ਇਹ ਬੜਾ ਸੁਪਰਹਿੱਟ ਗਾਣਾ ਹੈ, ਤੇ ਮੇਰੇ ਦੋਸਤ ਹੈ ਟੋਰਾਂਟੋ ਹਰਪ੍ਰੀਤ ਸਿੰਘ, ਉਹ ਤੁਹਾਡੇ ਗਾਣੇ ਬਹੁਤ ਤੁਹਾਡੇ ਮਤਲਬ ਚੋਟੀ ਦੇ ਫੈਨ ਨੇ, ਸੋ ਅਕਸਰ ਗੱਲ ਕਰਦੇ ਰਹਿੰਦੇ, ਸੋ ਮੈਂ ਵੀ ਅੱਜ ਉਸ ਗਾਣੇ ਦੇ ਬੋਲ ਜ਼ਰੂਰ ਮੈਨੂੰ ਦੱਸੋ ਜੀ। ਬਿਲਕੁਲ ਜੀ, ਐਕਚੁਅਲੀ ਮੈਂ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਹਰ ਗੀਤ ਨੂੰ ਪਿਆਰ ਦਿੱਤਾ, ਕਿਉਂਕਿ ਨਹੀਂ ਤਾਂ ਕਈ ਵਾਰੀ ਬੰਦਾ ਸੈਡ ਦੇ ਵਿੱਚ ਹੀ ਚੱਲਦਾ, ਕਈ ਵਾਰੀ ਬੰਦਾ ਮਤਲਬ ਡਿਊਟ ਗੀਤ ਸੌਂਗ 'ਚ ਹੀ ਚੱਲਦਾ, ਔਰ ਮੈਂ ਸ਼ੁਕਰੀਆ ਕਰਦਾ ਲੱਖ ਲੱਖ ਪਰਮਾਤਮਾ ਦਾ ਕਿ ਮੇਰਾ ਜਿਹੜਾ ਵੀ ਗੀਤ ਆਇਆ ਸਰੋਤਿਆਂ ਨੇ ਉਹਨਾਂ ਨੂੰ ਮਾੜਾ ਮੂੰਹ ਹੀ ਪਿਆਰ ਦਿੱਤਾ। ਬਿਲਕੁਲ ਜੀ, ਤੁਸੀਂ ਹਰ ਰੰਗ ਨੂੰ ਗਾਇਆ। ਜੀ ਜੀ, ਉਹਦੇ ਵਿੱਚੋਂ ਇੱਕ ਵਾਅਦੇ ਸੀਗਾ, ਇੱਕ ਰੋਂਦੀ ਰੋਂਦੀ ਮੁੜ ਗਈ ਆਈ ਸੀ ਕੁਝ ਬੋਲ ਕੇ ਨਾ ਗਈ, ਸੋ ਵਾਅਦੇ ਤੁਹਾਡੀ ਨਜ਼ਰ ਮੈਂ ਕਰ ਲੈਣਾ। ਅਸੀਂ ਵਾਅਦੇ ਕਰਕੇ, ਅਸੀਂ ਪ੍ਰੋਮਿਸ ਕਰਕੇ, ਅਸੀਂ ਪੱਕਾ ਕਰਕੇ, ਅਸੀਂ ਵਾਅਦੇ ਕਰਕੇ ਮੁਕਰੇ ਹਾਂ ਤੇਰੇ ਤੋਂ ਯਾਰਾ, ਕੀ ਪਰਦਾ ਕੀ ਕਰੀਏ, ਦੱਸ ਕੀ ਕਰੀਏ, ਮਜਬੂਰੀ ਸੀ ਵੱਖ ਹੋਣ ਨੂੰ ਕੀ ਦਾ ਜੀ ਕਰਦਾ,
ਤੂੰ ਅੱਜ ਨਹੀਂ ਤੇ ਕੱਲ ਕਦੇ ਸਾਡਾ ਹੀ ਹੁੰਦਾ ਸੀ ਸੱਜਣਾ, ਅਸੀਂ ਲੱਭਣ ਗਿਆ ਨੇ ਮੁੱਕ ਜਾਣਾ ਪਰ ਤੇਰੇ ਵਰਗਾ ਨਹੀਂ ਲੱਭਣਾ, ਅਸੀਂ ਝੂਠੇ ਆਪਣੇ ਆ ਬੋਲਾਂ ਤੋਂ ਤੂੰ ਸੱਚਾ ਆਪਣੀ ਥਾਂ ਲੜਦਾ, ਕੀ ਕਰੀਏ ਮਜਬੂਰੀ ਸੀ ਵੱਖ ਹੋਣ ਨੂੰ ਕਿਹਦਾ ਜੀ ਕਰਦਾ। ਵਾਹ ਜੀ ਵਾਹ, ਬਹੁਤ ਸੁਰੀਲਾ ਗਾਣਾ ਤੁਹਾਡਾ, ਤੁਹਾਨੂੰ ਬਹੁਤ ਵਧੀਆ ਨਿਭਾਇਆ ਤੁਸੀਂ। ਅੱਛਾ ਮਨਜੀਤ ਰੂਪਵਾਲੇ ਦੀ ਜੇ ਆਪਾਂ ਗੱਲ ਕਰੀਏ ਵੀ ਤੁਹਾਨੂੰ ਅੱਜ ਤੱਕ ਬਹੁਤ ਇਨਾਮ ਅਵਾਰਡ ਮਿਲ ਚੁੱਕੇ ਆ, ਜੀ ਜੀ, ਸੋ ਕੁਛ ਐਸਾ ਅਵਾਰਡ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋਗੇ ਜਿਹੜੇ ਜਿਹਨੂੰ ਮਿਲਣ ਨਾਲ ਤੁਹਾਨੂੰ ਬਹੁਤ ਖੁਸ਼ੀ ਹੋਈ, ਮਾਣ ਪ੍ਰਾਪਤ ਹੋਇਆ ਹੋਵੇ? ਓਕੇ, ਐਕਚੁਅਲੀ ਵੈਸੇ ਤਾਂ ਸਭ ਤੋਂ ਵੱਡਾ ਜਿਹੜਾ ਪਿਆਰ ਹੁੰਦਾ ਉਹ ਸਰੋਤਿਆਂ ਦਾ ਹੀ ਹੁੰਦਾ। ਬਿਲਕੁਲ ਜੀ, ਪਰ ਜੇ ਆਪਾਂ ਦੂਜੇ ਸਨਮਾਨਾਂ ਦੀ ਗੱਲ ਕੀਤੀ ਹੈ, ਜਿਹੜੇ ਸਨਮਾਨਾਂ ਦੀ ਤੁਸੀਂ ਗੱਲ ਕੀਤੀ ਹੈ, ਉਹ ਵੀ ਸਰੋਤਿਆਂ ਦਾ ਹੀ ਹੁੰਦਾ। ਬਿਲਕੁਲ, ਕਿਉਂਕਿ ਸਰੋਤਿਆਂ ਨੇ ਪਿਆਰ ਦਿੱਤਾ ਅਤੇ ਮੈਨੂੰ 2005 ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਜਿਹੜਾ ਸਾਡਾ ਬਹੁਤ ਵੱਡਾ ਮੇਲਾ ਹੁੰਦਾ, ਸਰਦਾਰ ਜਗਦੇਵ ਸਿੰਘ ਜੀ ਜੱਸੋਵਾਲ ਸਾਹਿਬ ਉਹ ਕਰਾਉਂਦੇ ਹੁੰਦੇ ਸੀਗੇ ਅਤੇ ਅੱਜ ਸਾਡੇ ਵਿੱਚ ਉਹ ਵੀ ਨਹੀਂ ਰਹੇ, ਤੋ ਮਤਲਬ ਵੀ ਉਹਨਾਂ ਨੇ ਮੈਨੂੰ 2005 ਦੇ ਵਿੱਚ ਅਵਾਰਡ ਦਿੱਤਾ ਸੀ, ਪ੍ਰੋਫੈਸਰ ਮੋਹਨ ਸਿੰਘ ਅਵਾਰਡ। ਔਰ ਉਸ ਤੋਂ ਬਾਅਦ ਫਿਰ 2007 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ PAU ਸਾਡੇ ਜਸਵਿੰਦਰ ਭੱਲਾ ਸਾਹਿਬ ਉੱਥੇ, ਅਤੇ ਉਹਨਾਂ ਨੇ ਮੈਨੂੰ ਅਵਾਰਡ ਦਿੱਤਾ ਸੀਗਾ। ਅਤੇ ਫਿਰ ਉਸ ਤੋਂ ਬਾਅਦ ਕੈਨੇਡਾ ਨੇ ਇੱਥੇ ਮੈਂਬਰ ਆਫ ਪਾਰਲੀਮੈਂਟ, ਕਾਫੀ ਮੈਂਬਰ ਆਫ ਪਾਰਲੀਮੈਂਟ ਮੇਰੇ ਸਤਿਕਾਰਯੋਗ ਨੇ, ਉਹਨਾਂ ਨੇ ਮੈਨੂੰ ਸਮੇਂ ਸਮੇਂ 'ਤੇ ਬਹੁਤ ਵੱਡੇ ਅਵਾਰਡ ਦਿੱਤੇ। ਔਰ ਕੈਨੇਡਾ ਡੇ 'ਤੇ ਮੈਨੂੰ ਬੈਸਟ ਮੇਲ ਫੋਕਲਿਸਟ ਦਾ ਅਵਾਰਡ ਦਿੱਤਾ, ਜਿਹੜਾ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਸੀਗੀ, ਕੈਨੇਡਾ ਡੇ 'ਤੇ ਜਿਹੜਾ ਅਵਾਰਡ ਮਿਲਿਆ ਮੈਨੂੰ। ਸੋ ਮੈਂ ਸਲਿਊਟ ਕਰਦਾ ਕੈਨੇਡਾ ਦੀ ਧਰਤੀ ਨੂੰ ਜਿਹਨੇ ਮੈਨੂੰ ਇਸ ਯੋਗ ਸਮਝਿਆ। ਔਰ ਜਿਹੜੇ ਵੈਸੇ ਤਾਂ ਹਰ ਅਵਾਰਡ ਤਾਂ ਇੱਕ ਕਹਿੰਦੇ ਵੀ ਛੋਟੀ ਜਿਹੀ ਸਭਾ 'ਚ ਮਿਲ ਜਾਏ ਅਵਾਰਡ ਤਾਂ ਉਹ ਵੀ ਬਹੁਤ ਸਿਰ ਮੱਥੇ 'ਤੇ ਲਾ ਕੇ ਚੁੰਮਦੇ ਆਪਾਂ। ਅਤੇ ਜਿਹੜੀ ਤੁਸੀਂ ਅਵਾਰਡ ਦੀ ਗੱਲ ਕਰਦੇ ਆ, 10 ਅਗਸਤ 2012 ਦੇ ਵਿੱਚ ਮੈਨੂੰ ਅਵਾਰਡ ਮਿਲਿਆ ਸੀਗਾ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਮੇਰਾ ਨਾਂ ਦਰਜ ਹੋਇਆ ਸੀਗਾ। ਵਾਹ ਜੀ ਵਾਹ। ਔਰ ਹਾਂਜੀ, ਇੰਗਲੈਂਡ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀਗਾ। ਅੱਛਾ। ਔਰ ਹਾਂਜੀ, ਉਹਦੇ ਵਿੱਚ ਫਿਰ ਮੇਰਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਇਆ, ਅਤੇ ਉਹ ਮੈਨੂੰ ਬਹੁਤ ਉਹ ਮੇਰੇ ਲਈ ਉਹ ਖੁਸ਼ੀ ਸੀਗੀ ਵੀ ਜਿਹੜੀ ਮੈਂ ਬਿਆਨ ਨਹੀਂ ਕਰ ਸਕਦਾ। ਜੀ ਜੀ, ਇਹ ਕਿਹੜੇ ਈਅਰ 'ਚ ਮਿਲਿਆ ਸੀ ਅਤੇ ਕਿਹੜਾ ਕਿਸ ਕਾਰਨ? 10 ਅਗਸਤ 2012 ਨੂੰ ਮਿਲਿਆ ਸੀਗਾ। ਐਕਚੁਅਲੀ ਕੈਨੇਡਾ ਦੇ ਵਿੱਚ ਡਾਂਸ ਫੋਰ ਵਨਨੈਸ ਹੋਇਆ ਸੀਗਾ। ਅੱਛਾ ਜੀ। ਅਤੇ ਡਾਂਸ ਫੋਰ ਵਨਨੈਸ ਨਿਰੰਕਾਰੀ ਮਿਸ਼ਨ ਵੱਲੋਂ ਹੋਇਆ ਸੀਗਾ, ਅਤੇ ਉੱਥੇ ਮਤਲਬ ਜਿਹੜੀ ਮੇਰੀ ਡਿਊਟੀ ਲੱਗੀ ਸੀ ਲੁਧਿਆਣੇ ਤੋਂ, ਮੈਂ ਭੰਗੜੇ ਦੀ ਟੀਮ ਲੈ ਕੇ ਮਤਲਬ ਉੱਥੇ ਗਿਆ ਸੀਗਾ ਇੰਗਲੈਂਡ, ਅਤੇ ਉੱਥੇ ਫਿਰ ਉਹ ਅਵਾਰਡ ਮੇਰੀ ਝੋਲੀ ਦੇ ਵਿੱਚ ਪਿਆ। ਜੀ ਜੀ ਜੀ, ਵਾਹ ਜੀ ਵਾਹ, ਬਹੁਤ ਵੱਡੀ ਗੱਲ ਹੈ ਜੀ। ਸੋ ਮਨਜੀਤ ਰੂਪਵਾਲਿਆ ਜੀ, ਆਪਾਂ ਮੈਂ ਤੁਹਾਡੇ ਤੋਂ ਹੁਣ 5-6 ਸਵਾਲ ਐਸੇ ਪੁੱਛੂੰਗਾ ਜਿਨ੍ਹਾਂ ਦਾ ਜਵਾਬ ਤੁਸੀਂ ਹਾਂ ਨਾ ਜਾਂ ਤੁਹਾਡੀ ਜ਼ੁਬਾਨ 'ਤੇ ਪਹਿਲਾਂ ਜਿਹੜਾ ਵੀ ਬੋਲ ਆਉਂਦਾ ਉਸ ਦੇ ਵਿੱਚ ਤੁਸੀਂ ਦੇਣਾ। ਸੋ ਸਭ ਤੋਂ ਪਹਿਲਾਂ ਮੈਂ ਇਹ ਪੁੱਛੂੰਗਾ ਵੀ ਤੁਹਾਡਾ ਕੋਈ ਐਸਾ ਗਾਣਾ ਜਿਹਨੂੰ ਤੁਸੀਂ ਮਤਲਬ ਗਾਇਆ ਬਹੁਤ ਸੁਪਰਹਿੱਟ ਹੋਇਆ ਜੀ, ਅਤੇ ਉਹ ਬਾਅਦ ਵਿੱਚ ਉਸ ਐਸਾ ਕੋਈ ਗਾਣਾ ਨਹੀਂ ਬਣਿਆ, ਕੋਈ ਹੈ ਐਸਾ? ਹਾਲ ਸੁਣਾ ਮਾ ਤੈਨੂੰ ਯਾਰਾ, ਮੇਰੀ ਜਾਨ ਨੂੰ ਪਿਆਰੀ ਦਾ, ਕਿਉਂ ਪੱਤ ਛੱਡ ਵਰੀਗਾ ਹਾਲ ਹੋਇਆ ਸੀ ਫੁੱਲਾਂ ਜਈ ਕਿਆਰੀ ਦਾ, ਉਹ ਦੁਖੀ ਬਹੁਤ ਸੀ ਮੇਰੇ ਦਿਲ ਦੀ ਰਾਣੀ, ਦੁੱਖ ਫੋਲ ਕੇ ਨਾ ਗਈ ਉਹ ਰੋਂਦੀ ਰੋਂਦੀ ਮੁੜ ਗਈ, ਆਈ ਸੀ ਕੁਝ ਬੋਲ ਕੇ ਨਾ ਗਈ, ਉਹ ਰੋਂਦੀ ਰੋਂਦੀ ਮੁੜ ਗਈ, ਆਈ ਸੀ ਕੁਝ ਬੋਲ ਕੇ ਨਾ ਗਈ। ਇਹ ਗੀਤ ਜਿਹੜਾ ਮੇਰੇ ਦਿਲ ਦੇ ਨੇੜੇ, ਇਹਦਾ ਕੋਈ ਇੱਕ ਲਫ਼ਜ਼ ਦੇ ਵਿੱਚ ਜਵਾਬ ਦੇਣਾ ਔਖਾ ਸੀ, ਇਸ ਕਰਕੇ ਮੈਂ ਗਾ ਕੇ ਜਵਾਬ ਦਿੱਤਾ। ਅੱਛਾ ਜੀ। ਸੋ ਇਹ ਗੀਤ ਬਹੁਤ ਅੱਛਾ ਲੱਗਦਾ ਮੈਨੂੰ, ਔਰ ਬਹੁਤ ਸਰੋਤਿਆਂ ਨੇ ਪਿਆਰ ਕੀਤਾ ਇਸ ਗੀਤ ਨੂੰ। ਜੀ ਜੀ। ਸੋ ਇੱਕ ਐਸਾ ਗਾਣਾ ਵੀ ਜਿਹੜਾ ਤੁਹਾਡੇ ਕੋਲ ਆਇਆ, ਤੁਸੀਂ ਕਿਸੇ ਕਾਰਨ ਕਰਕੇ ਨਹੀਂ ਗਾਇਆ, ਤੋਂ ਬਾਅਦ ਵਿੱਚ ਸੁਪਰਹਿਟ ਹੋ ਗਿਆ? ਜੀ ਜੀ, ਉਹ ਗੀਤ ਆਇਆ ਸੀਗਾ ਸਾਡੇ ਬੰਟੀ ਹਿੰਮਤਪੁਰੀਆ ਸਾਹਿਬ ਜੀ ਦਾ, ਜਿਹੜਾ ਮਹਾਸ਼ਾਲੀ ਜੀ ਨੇ ਗਾਇਆ ਸੀਗਾ। ਕਿਹਨੇ ਖੰਜਰ ਚਲਾਏ ਕਿਹਨੇ ਕੀਤੀਆਂ ਦੁਆਵਾਂ, ਵਾਹ ਜੀ ਵਾਹ। ਉਹ ਗੀਤ ਮੈਨੂੰ ਮੇਰੇ ਕੋਲ ਆਇਆ ਸੀਗਾ, ਪਰ ਮੈਂ
ਉਹਨਾਂ ਦਿਨਾਂ ਦੇ ਵਿੱਚ ਕੁਛ ਸਰਕਮਸਟਾਂਸਿਸ ਐਸੇ ਹੁੰਦੇ ਆ ਵੀ ਜਿਹਦੇ ਕਰਕੇ ਕਈ ਵਾਰੀ ਬੰਦਾ ਕੁਝ ਕਰਕੇ ਵੀ ਕਰ ਨਹੀਂ ਸਕਦਾ। ਵੈਸੇ ਮੈਂ ਬੰਟੀ ਹਿੰਮਤਪੁਰੀਆ ਸਾਹਿਬ ਜੀ ਦੇ ਵੀ ਗੀਤ ਗਾਏ ਆ, ਪਰ ਇਹ ਵੀ ਗੀਤ ਉਹਨਾਂ 'ਚੋਂ ਇੱਕ ਸੀਗਾ। ਪਰ ਮਾਸ਼ਾਅੱਲਾ ਜੀ ਉਹ ਵੀ ਮੇਰੇ ਤੋਂ ਬਹੁਤ ਪਿਆਰੇ ਸਿੰਗਰ ਨੇ ਔਰ ਬਹੁਤ ਸੁਰੀਲੇ ਸਿੰਗਰ ਨੇ, ਉਹਨਾਂ ਨੇ ਗਾਇਆ ਅਤੇ ਮੈਨੂੰ ਐਂ ਲੱਗਦਾ ਵੀ ਉਹ ਗੀਤ ਉਹੀ ਵਧੀਆ ਗਾ ਸਕਦੇ ਸੀ। ਹੋ ਸਕਦਾ ਜਿੰਨਾ ਵਧੀਆ ਉਹਨਾਂ ਨੇ ਗਾਇਆ ਮੈਂ ਉਨਾ ਵਧੀਆ ਨਾ ਨਿਭਾ ਪਾਉਂਦਾ, ਪਰ ਮਾਸ਼ਾਅੱਲਾ ਜੀ ਨੇ ਤਾਂ ਧੰਨ ਧੰਨ ਕਰਾਤੀ। ਅਤੇ ਤੁਹਾਡਾ ਆਪਣਾ ਕੋਈ ਗਾਇਆ ਹੋਇਆ ਫੇਵਰੇਟ ਗਾਣਾ ਤੁਹਾਡਾ? ਜੀ ਜੀ, ਸਾਰੇ ਤਕਰੀਬਨ ਜਿਨ੍ਹਾਂ ਨੂੰ ਸਰੋਤਿਆਂ ਨੇ ਪਿਆਰ ਕੀਤਾ, ਕਿਉਂਕਿ ਇੱਕ ਟੇਪ ਦੇ ਵਿੱਚ 8 ਗੀਤ ਹੁੰਦੇ ਆ ਜਾਂ ਕੋਈ ਇੱਕ ਗਾਣਾ ਫੇਵਰੇਟ ਗੀਤ ਜਿਹੜਾ ਸਰੋਤਿਆਂ ਨੇ ਪਿਆਰ ਕੀਤਾ ਉਹੀ ਫੇਵਰੇਟ ਹੈ, ਬਾਜੀ ਮਾਰ ਗਿਆ ਬਠਿੰਡੇ ਵਾਲਾ, ਇੱਕ ਦਾਰੂ ਦੂਜੀ ਤੀਰੀ ਤੀਵੀਂ ਰਗ ਰਗ 'ਚ ਵਸਾਈ ਫਿਰਦਾ ਬੈਲ। ਇਸ ਗਾਣੇ ਦੇ ਬੋਲ ਹੋ ਜਾਣੇ, ਇੱਕ ਦਾਰੂ ਪੀ ਕੇ ਪਹਿਲੇ ਤੋੜਦੀ ਦਾਰੂ ਨੀ, ਪੀ ਕੇ ਦੇਸੀ ਕੜੇ ਦੀ, ਪੀ ਕੇ ਪਹਿਲੇ ਤੋੜਦੀ ਦਾਰੂ ਨਹੀਂ, ਅਸੀਂ ਮਾਰੀਆਂ ਮਾਰਾਂ ਨੇ ਆਦਤ ਹੈਬਟ ਪਾਤੀ ਚੰਦਰੀ ਨੀ, ਮੈਨੂੰ ਜੁੰਡੀ ਦਿਆਂ ਯਾਰਾਂ ਨੇ ਨੀ, ਮੈਨੂੰ ਜੁੰਡੀ ਦਿਆਂ ਯਾਰਾਂ ਨੇ ਨੀ, ਮੈਨੂੰ ਜੁੰਡੀ ਦਿਆਂ ਯਾਰਾਂ ਨੇ। ਵਾਹ ਜੀ ਵਾਹ। ਸੋ ਤੁਹਾਡਾ ਕੋਈ ਫੇਵਰੇਟ ਮੇਲ ਔਰ ਫੀਮੇਲ ਆਰਟਿਸਟ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ? ਐਕਚੁਲੀ ਫੀਮੇਲ ਆਰਟਿਸਟ ਜਿਨ੍ਹਾਂ ਦੇ ਨਾਲ ਵੀ ਮੈਂ ਕੰਮ ਕਰਾਇਆ ਉਹ ਮੈਂ ਸਾਰੀ ਬਹੁਤ ਮੇਰੇ ਸਤਿਕਾਰਯੋਗ ਨੇ ਔਰ ਬਹੁਤ ਅੱਛਾ ਲੱਗਾ ਉਹਨਾਂ ਦੇ ਨਾਲ ਕੰਮ ਕਰਕੇ, ਜਿਨ੍ਹਾਂ ਦੇ ਵਿੱਚ ਮਿਸ ਪੂਜਾ ਜੀ, ਜਸਪਿੰਦਰ ਨਰੂਲਾ ਜੀ, ਸਤੀਸ਼ ਕੁਮਾਰੀ ਜੀ, ਗੁਰਲੇਜ ਅਖਤਰ ਜੀ, ਜੈਸਮੀਨ ਅਖਤਰ ਜੀ, ਹੋਰ ਜਿਹੜੇ ਕੋਈ ਮੇਰੇ ਸਤਿਕਾਰਯੋਗ ਨੇ, ਕੋਈ ਰਹਿ ਗਿਆ ਹੋਵੇ ਨਾ ਤਾਂ ਮੈਂ ਮਾਫ਼ੀ ਵੀ ਮੰਗਦਾ। ਕੋਈ ਮੇਲ ਆਰਟਿਸਟ ਤੁਹਾਡਾ ਫੇਵਰੇਟ? ਹਰਮਨਦੀਪ ਜੀ। ਜੀ ਹਾਂਜੀ, ਹਰਮਨਦੀਪ ਵੀ ਉਹਨਾਂ ਦੇ ਨਾਲ ਵੀ ਗਾਇਆ। ਹਾਂਜੀ, ਕੀ ਕਹਿ ਰਹੇ ਜੀ? ਮੈਂ ਕਹਿ ਰਿਹਾ ਵੀ ਕੋਈ ਮੇਲ ਆਰਟਿਸਟ ਜਿਹੜਾ ਤੁਹਾਡੇ ਬਹੁਤ ਪਸੰਦ ਹੋਵੇ ਤੁਹਾਨੂੰ? ਮੈਂ ਐਕਚੁਲੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਮੈਂ ਬਹੁਤ ਜ਼ਿਆਦਾ ਸੁਣਦਾ ਰਿਹਾ ਔਰ ਸੁਣਦਾ ਉਹਨਾਂ ਨੂੰ, ਔਰ ਪੂਰਨ ਚੰਦ ਗੁਰੂ ਕੀ ਬਡਾਲੀ ਵਾਲੇ ਪਿਆਰੇ ਲਾਲ ਜੀ, ਔਰ ਉਹਨਾਂ ਨੂੰ ਵੀ ਮੈਂ ਬਹੁਤ ਲਾਈਕ ਕਰਦਾ ਤਕਰੀਬਨ, ਕਿਉਂਕਿ ਜੇ ਕਲਾਕਾਰਾਂ 'ਤੇ ਸੁਣਦੇ ਤਾਂ ਸਾਰਿਆਂ ਨੂੰ ਹੀ ਆਪਾਂ, ਪਰ ਜਦੋਂ ਰੂਹ ਦੀ ਗੱਲ ਕਰਨੀ ਹੋਵੇ ਨਾ ਫਿਰ ਉਹਨਾਂ ਕਲਾਕਾਰਾਂ ਨੂੰ ਸੁਣ ਕੇ ਬਹੁਤ ਆਨੰਦ ਆਉਂਦਾ, ਬਹੁਤ ਮਜ਼ਾ ਆਉਂਦਾ। ਸਲੀਮ, ਮਾਸਟਰ ਸਲੀਮ ਜੀ, ਹੋਰ ਮੈਂ ਕਿਹਦਾ ਕਿਹਦਾ, ਰਾਹਤ ਫਤਿਹ ਅਲੀ ਖਾਨ ਸਾਹਿਬ, ਸੋ ਸਾਰੇ ਹੀ ਮੇਰੇ ਸਿਰ ਦੇ ਤਾਜ ਨੇ। ਬਹੁਤ ਅੱਛਾ ਲੱਗਦਾ ਇਹਨਾਂ ਨੂੰ ਸੁਣ ਕੇ, ਬਹੁਤ ਆਨੰਦ ਆਉਂਦਾ। ਸਾਡੇ ਸਰਮੌਰ ਗਾਇਕ ਔਰ ਜਿਹੜੇ ਮੇਰੇ ਦਿਲ ਦੇ ਵੀ ਇੰਨੇ ਕਰੀਬ ਸੀ ਕਿ ਮੈਂ ਉਹਨਾਂ ਦਾ, ਯਾਨੀ ਕਿ ਜੋ ਉਹਨਾਂ ਨੇ ਦੇਣ ਦਿੱਤੀ ਆ ਉਹ ਅਸੀਂ ਮਤਲਬ ਭੁਲਾ ਨਹੀਂ ਸਕਦੇ। ਉਹਨਾਂ ਨਾਲ ਉਹਨਾਂ ਦੇ ਨਾਂ ਦੇ ਨਾਲ ਜਿਹੜੇ ਵੀ ਅਲੰਕਾਰ ਲਾ ਦਈਏ ਉਹ ਬਹੁਤ ਬੌਣੇ ਨਜ਼ਰ ਆਉਂਦੇ ਆ। ਮੇਰੀ ਮੁਰਾਦ ਆ ਸਾਡੇ ਸਰਦੂਲ ਸਿਕੰਦਰ ਸਾਹਿਬ, ਔਰ ਉਹ ਤਾਂ ਕਿਆ ਹੀ ਬਾਤਾਂ ਨੇ ਮਹਾਰਾਜ। ਬਿਲਕੁਲ ਜੀ, ਉਹਨਾਂ ਨਾਲ ਤਾਂ ਮੇਰਾ ਵੀ ਜਦੋਂ ਵੀ ਕਿਤੇ ਮਤਲਬ ਮਿਲਦੇ ਸੀ ਅਤੇ 10 ਮਿੰਟ ਦਾ ਕਹਿ ਕੇ 2-2 ਘੰਟੇ ਉਹਨਾਂ ਦੀਆਂ ਐਸੀਆਂ ਗੱਲਾਂ ਹੁੰਦੀਆਂ ਵੀ ਉੱਠਣ ਨੂੰ ਦਿਲ ਹੀ ਨਹੀਂ ਸੀ ਕਰਦਾ। ਦੇਖੋ ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਆ ਕੇ ਵੀ ਨਹੀਂ ਜਾਂਦੀਆਂ। ਜੀ ਜੀ ਜੀ। ਅਤੇ ਕੁਝ ਐਸੀਆਂ ਹੁੰਦੀਆਂ ਜਿਹੜੀਆਂ ਜਾ ਕੇ ਵੀ ਨਹੀਂ ਜਾਂਦੀਆਂ। ਜੀ ਜੀ। ਸਰਦੂਲ ਸਿਕੰਦਰ ਜੀ ਉਹਨਾਂ ਦੇ ਵਿੱਚੋਂ ਇੱਕ ਸੀਗੇ, ਉਹ ਚਲੇ ਗਏ ਨੇ, ਪਰ ਜਾ ਕੇ ਵੀ ਉਹ ਗਏ ਨਹੀਂ, ਉਹ ਸਾਡੇ ਵਿੱਚ ਨੇ। ਬਿਲਕੁਲ। ਉਹਨਾਂ ਨੇ ਜੋ ਦੇਣ ਦਿੱਤੀ ਆ ਨਾ, ਐਕਚੁਲੀ ਜਿਹੜੀ ਦੇਣ ਵਾਲੀ ਗੱਲ ਕਰਦੇ ਆ ਨਾ ਆਪਾਂ ਵੀ ਸੱਭਿਆਚਾਰ ਨੂੰ ਕਿਸੇ ਨੇ ਕੀ ਦੇਣ ਦਿੱਤੀ ਆ, ਉਹਨਾਂ 'ਚ ਉਹਨਾਂ ਦਾ ਨਾਂ ਆਉਂਦਾ। ਜੀ ਜੀ। ਉਹਨਾਂ ਨੇ, ਮੈਂ ਇੱਕ ਉਹਨਾਂ ਦੀ ਇੰਟਰਵਿਊ ਸੁਣੀ ਸੀ, ਉਹ ਕਹਿੰਦੇ ਵੀ ਤੁਸੀਂ ਵੀ ਆਰਟਿਸਟ ਹੋ ਜੋ ਅੱਜ ਕੱਲ੍ਹ ਚੱਲ ਰਿਹਾ, ਵੀ ਤੁਸੀਂ ਵੀ ਗਾਓ। ਉਹ ਕਹਿੰਦੇ ਵੀ ਸ਼ੇਰ ਭੁੱਖਾ ਮਰ ਜੂਗਾ, ਘਾਹ ਨਹੀਂ ਗਾਊਗਾ। ਸੋ ਇੱਦਾਂ ਦੀ ਉਹਨਾਂ ਦੀ ਸੋਚ ਸੀਗੀ, ਇਸ ਕਰਕੇ ਉਹਨਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਐਂਡ ਤੱਕ ਵੀ। ਜੋ ਉਹਨਾਂ ਨੇ ਗਾਤਾ ਬਸ ਉਹਦੇ ਮਤਲਬ ਉਹੀ ਗਾਇਆ ਜੋ ਉਹਨਾਂ ਦੀ ਰੂਹ ਕਹਿੰਦੀ ਸੀ, ਕੰਪਰੋਮਾਈਜ਼ ਨਹੀਂ ਕੀਤਾ ਉਹਨਾਂ ਨੇ। ਕੋਈ ਤੁਹਾਡਾ ਸਰਦੂਲ ਸਿਕੰਦਰ ਸਾਹਿਬ ਨੇ? ਜੀ ਜੀ ਜੀ। ਕੋਈ ਤੁਹਾਡਾ ਫੇਵਰੇਟ ਗੀਤਕਾਰ? ਫੇਵਰੇਟ ਗੀਤਕਾਰ ਤਕਰੀਬਨ ਮੈਂ ਸਾਰੇ ਹੀ ਗੀਤਕਾਰਾਂ ਨਾਲ ਕੰਮ ਕੀਤਾ, ਜਿਨ੍ਹਾਂ ਦੇ ਵਿੱਚ ਗੁਰਚਰਨ ਵਿਰਕ ਜੀ, ਕਰਮਜੀਤ ਪੁਰੀ ਜੀ, ਹਾਂਜੀ, ਬਚਨ ਬੇਦਲ ਸਾਹਿਬ, ਦਵਿੰਦਰ ਖੰਨੇਵਾਲਾ ਸਾਹਿਬ, ਔਰ ਹੋਰ ਅਨੇਕਾਂ ਜਿਨ੍ਹਾਂ ਦੇ ਮੈਂ ਨਾਂ ਸ਼ਾਇਦ ਮੈਂ ਜੇ ਮੈਂ ਗਿਣਤੀ ਕਰਨ ਲੱਗਾ ਤਾਂ ਅਨੇਕਾਂ ਨੇ, ਔਰ ਸਾਰਿਆਂ ਦੇ ਨਾਲ ਗਿੱਲ ਸੁਰਜੀਤ ਸਾਹਿਬ, ਸਾਰਿਆਂ ਦੇ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਾ, ਔਰ ਸਾਰੇ ਮਿਊਜ਼ਿਕ ਡਾਇਰੈਕਟਰ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਸਚਿਨ ਹੁਜਾ ਸਾਹਿਬ, ਸੁਰਿੰਦਰ ਬਚਨ ਜੀ, ਆਪਣੇ ਅਤੁਲ ਸ਼ਰਮਾ ਜੀ, ਆਪਣੇ ਲਾਲ ਕਮਲ ਜੀ, ਸਾਰਿਆਂ ਦੇ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਾ, ਅਤੇ ਸਾਰਿਆਂ ਨੇ ਆਪਣੇ ਦੇਸੀ ਕਰਿਊ ਜਿਹੜੇ ਵੀ ਅੱਜ ਲੇਟੈਸਟ ਮਿਊਜ਼ਿਕ ਦੇ ਰਹੇ ਨੇ ਉਹਨਾਂ ਦੇ ਨਾਲ ਵੀ ਵੀਡੀਓ ਦੇ ਵਿੱਚ ਵੀ, ਮਤਲਬ ਮੇਰੇ ਹੁਣ ਤੱਕ ਜਿੰਨੀਆਂ ਵੀ ਐਲਬਮਸ ਆਈਆਂ ਨੇ ਸਾਰੇ ਵੀਡੀਓ ਡਾਇਰੈਕਟਰ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਜੀ ਜੀ। ਮਨਜੀਤ ਜੀ, ਆਪਾਂ ਗੱਲ ਜੇ ਕਰੀਏ, ਤੁਸੀਂ ਮਤਲਬ ਆਪਣੇ ਆਪ ਨੂੰ ਬਹੁਤ ਸੰਭਾਲ ਕੇ ਰੱਖਿਆ। ਜੀ ਜੀ।
ਬੜੇ ਲਿਸ਼ਕਦੇ ਪੁਛਕਦੇ ਹੋ, ਜੀ ਜੀ ਤੇ ਤੁਹਾਡਾ ਜੇ ਮੈਂ ਪੁੱਛਾਂ ਵੀ ਫੇਵਰੇਟ ਡਿਸ਼ ਕਿਹੜੀ ਆ? ਵੈਸੇ ਤਾਂ ਇਹ ਕਿਹਾ ਜਾਂਦਾ ਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਜੀ ਜੀ ਸੋ ਸਾਰਾ ਕੁਝ ਤੁਹਾਡੀ ਸਿਹਤ ਦੇ ਨਾਲ ਜੁੜਿਆ ਹੋਇਆ। ਕੋਈ ਡਾਕਟਰ ਇੱਕ ਮਾੜਾ ਜਿਹਾ ਵੀ ਕਹਿ ਦੇਵੇ ਨਾ ਤੁਸੀਂ ਆਹ ਚੀਜ਼ ਨਹੀਂ ਖਾਣੀ, ਉਸ ਤੋਂ ਬਾਅਦ ਆਪਾਂ ਉਹ ਨਹੀਂ ਖਾਂਦੇ, ਤੇ ਪਹਿਲਾਂ ਹੀ ਸਮਝੋ ਕਿ ਮੈਨੂੰ ਡਾਕਟਰ ਨੇ ਕਿਹਾ ਹੋਇਆ ਕਿ ਮੈਂ ਆਹ ਚੀਜ਼ਾਂ ਨਹੀਂ ਖਾਣੀਆਂ। ਇਸ ਕਰਕੇ ਉਹਦਾ ਰੀਜ਼ਨ ਇਹ ਆ ਕਿ ਜਦੋਂ ਕੋਈ ਸਾਨੂੰ ਕੋਈ ਡਾਕਟਰ ਜਾਂ ਕੋਈ ਇੱਦਾਂ ਦਾ ਕੋਈ ਸਾਨੂੰ ਕਹਿੰਦੇ ਨੇ, ਫਿਰ ਆਪਾਂ ਅਵੋਇਡ ਕਰਦੇ ਉਹਨਾਂ ਚੀਜ਼ਾਂ ਨੂੰ। ਬਾਕੀ ਸਿਹਤ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ, ਸਿਹਤ ਨੂੰ ਸਿਹਤ ਹੀ ਸਮਝ ਕੇ ਕੰਮ ਕਰਨੇ ਚਾਹੀਦੇ ਨੇ। ਜੇ ਤੁਸੀਂ ਫਿਜ਼ੀਕਲ ਫਿਟਨੈਸ ਫਿੱਟ ਹੋ ਤਾਂ ਫਿਰ ਸਾਰੇ ਕੰਮ ਤੁਹਾਡੇ ਵਧੀਆ ਹੁੰਦੇ ਨੇ, ਤੁਹਾਡੇ ਚਿਹਰੇ 'ਤੇ ਜਲਾਓ ਹੋਣਾ ਚਾਹੀਦਾ, ਕਿਉਂਕਿ ਇੱਕ ਆਰਟਿਸਟ ਆ ਜਿਹਨੇ ਲੋਕਾਂ ਨੂੰ ਮਤਲਬ ਫੇਸ ਕਰਨਾ ਹੁੰਦਾ, ਔਰ ਇਸ ਕਰਕੇ ਜ਼ਰੂਰੀ ਹੁੰਦਾ ਕਿ ਤੁਸੀਂ ਆਪਣੀ ਸਿਹਤ ਨੂੰ ਮੇਨਟੇਨ ਰੱਖੋ, ਔਰ ਤੁਸੀਂ ਵਧੀਆ ਖਾਓ, ਵਧੀਆ ਪਹਿਨੋ, ਔਰ ਵਧੀਆ ਸੋਚ ਰੱਖੋ, ਸਭ ਤੋਂ ਵੱਡੀ ਗੱਲ। ਤੇ ਫੇਵਰੇਟ ਡਿਸ਼ ਜਿਹੜੀ ਤੁਸੀਂ ਗੱਲ ਕੀਤੀ ਹੈ ਉਹੀ ਮਾਤਾ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ। ਵਾਹ ਜੀ ਵਾਹ, ਕਿਆ ਬਾਤ! ਅਤੇ ਹੋਰ ਵੀ ਅਨੇਕਾਂ ਜਿਹੜੀਆਂ ਸਿਹਤ ਵਾਸਤੇ ਜ਼ਰੂਰੀ ਸਬਜ਼ੀਆਂ ਹੁੰਦੀਆਂ ਨੇ ਅਤੇ ਉਹ ਵੀ ਜ਼ਰੂਰੀ ਨੇ, ਅਤੇ ਬਾਕੀ ਆ ਜਿਹੜੀ ਤੁਸੀਂ ਇੱਕ ਕਹੀ ਆ ਫੇਵਰੇਟ, ਉਹ ਤਾਂ ਫਿਰ ਮੇਰਾ ਖਿਆਲ ਤੁਹਾਡੀ ਵੀ ਇਹੀ ਹੋਣੀ ਹੈ। ਜੀ 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 ਬਿਲਕੁਲ। ਸੋ ਤੁਸੀਂ ਦੱਸਿਆ ਵੀ ਗੁਰਲੇਜ਼ ਅਖਤਰ ਨਾਲ ਵੀ ਤੁਸੀਂ ਗਾਣਾ ਕੀਤਾ ਆ। ਹਾਂਜੀ ਹਾਂਜੀ। ਸੇ ਮੈਂ ਚਾਹੁੰਦਾ ਵੀ ਉਸ ਗਾਣੇ ਦੇ ਵੀ ਦੋ ਬੋਲ ਸਾਂਝੇ ਹੋ ਜਾਣ। ਠੀਕ ਹੈ ਜੀ। ਹਾਂਜੀ। ਹੋ ਬਿਨਾਂ ਗੱਲ ਤੋਂ ਰੁੱਸੇ ਨਹੀਂ ਚੰਗੇ ਲੱਗਦੇ ਚੰਨ ਜਿਹੇ ਮੁੱਖੜੇ, ਚੰਨ ਜਿਹੇ ਮੁੱਖੜੇ। ਬਿਨਾਂ ਗੱਲ ਤੋਂ ਰੁੱਸੇ ਨਹੀਂ ਚੰਗੇ ਲੱਗਦੇ ਚੰਨ ਜਿਹੇ ਮੁੱਖੜੇ, ਚੰਨ ਜਿਹੇ ਮੁੱਖੜੇ। ਸਾਡਾ ਇੰਨਾ ਹੀ ਜੇ ਫਿਕਰ ਜਨਾਬ ਨੂੰ, ਇੰਨਾ ਹੀ ਜੇ ਫਿਕਰ ਜਨਾਬ ਨੂੰ, ਦਿੰਨੇ ਹੋ ਕਾਨੂੰ ਦੁੱਖੜੇ, ਦਿੰਨੇ ਹੋ ਕਾਨੂੰ ਦੁੱਖੜੇ। ਬੜੇ ਸੋਹਣੇ ਸੋਹਣੇ, ਬੜੇ ਸੋਹਣੇ ਸੋਹਣੇ, ਸਦਾ ਸੋਹਣੇ ਸੋਹਣੇ ਹੱਸਦੇ ਲੱਗਦੇ ਚੰਨ ਜਿਹੇ ਮੁੱਖੜੇ, ਚੰਨ ਜਿਹੇ ਮੁੱਖੜੇ। ਵਾਹ ਜੀ ਵਾਹ, ਬਹੁਤ ਖੂਬਸੂਰਤ। ਸੋ ਮਨਜੀਤ ਜੀ, ਅੱਜ ਕੱਲ੍ਹ ਜਿੱਦਾਂ ਕਿ ਪੰਜਾਬੀ ਫਿਲਮਾਂ ਦਾ ਕਾਫੀ ਦੌਰ ਚੱਲ ਰਿਹਾ ਆ, ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੀਆਂ ਮਾਰਕੀਟ ਦੇ ਵਿੱਚ ਹਾਂਜੀ ਕਿੰਨੀਆਂ ਫਿਲਮਾਂ ਆ ਚੁੱਕੀਆਂ, ਤੇ ਤੁਸੀਂ ਇਹਦੇ ਬਾਰੇ ਮੈਨੂੰ ਜ਼ਰੂਰ ਦੱਸੋ ਜੀ। ਬਿਲਕੁਲ ਜੀ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ, ਕਿਉਂਕਿ ਮੇਰੇ ਨਾਲ ਜਿੱਦਾਂ ਕਹਿੰਦੇ ਨਾ ਵੀ ਕੋਈ ਥਾਣੇਦਾਰ ਹੋਵੇ ਜਾਂ ਕੋਈ SHO ਹੋਵੇ, ਜਦੋਂ ਉਹਦੇ ਇੱਕ ਸਟਾਰ ਲੱਗਦਾ ਫਿਰ ਉਹਦੇ 2 ਸਟਾਰ ਲੱਗਦੇ, ਫਿਰ 3 ਸਟਾਰ ਲੱਗਦੇ ਨੇ, ਅਹੁਦਾ ਵੱਧਦਾ ਜਾਂਦਾ। ਅਤੇ ਮੈਂ ਇਹ ਕਹਿਣਾ ਚਾਹੁੰਦਾ, ਵੈਸੇ ਮੈਂ ਫਿਲਮਾਂ ਦੇ ਵਿੱਚ ਬਹੁਤਾ ਯਾਨੀ ਕਿ ਉਹ ਕੀਤਾ ਨਹੀਂ, ਪਰ ਮੇਰੇ ਫਿਲਮ ਵਾਲਾ ਸਟਾਰ ਜ਼ਰੂਰ ਲੱਗਾ ਹੋਇਆ। ਮੇਰੀ 2014 ਦੇ ਵਿੱਚ ਫਿਲਮ ਆਈ ਸੀ ਅਸੀਂ ਹਾਂ ਯਾਰ ਪੰਜਾਬੀ, ਜਿਹਦੇ ਵਿੱਚ ਸਤੀਸ਼ ਕੌਲ ਜੀ ਮੇਰੇ ਫਾਦਰ ਦੇ ਰੋਲ ਦੇ ਵਿੱਚ ਸੀਗੇ, ਔਰ ਉਸ ਤੋਂ ਬਾਅਦ ਫਿਰ ਬਾਲੀਵੁੱਡ ਦੇ ਵੀ ਐਕਟਰ ਸੀਗੇ ਵਿੱਚ, ਅਤੇ ਫਿਲਮ ਨੂੰ ਬਹੁਤ ਅੱਛਾ ਰਿਸਪੋਂਸ ਮਿਲਿਆ, ਔਰ ਉਹਦੇ ਵਿੱਚ ਪੋਟੂ ਸ਼ਾਹ ਜੀ ਅਤੇ ਹੋਰ ਮਤਲਬ ਕਾਫੀ ਐਕਟਰ ਸੀਗੇ, ਅਤੇ ਜਿਹਦੇ ਕਰਕੇ ਬਹੁਤ ਅੱਛਾ ਲੱਗਾ ਜੀ। ਹਾਂਜੀ। ਸੋ ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਜਿੱਦਾਂ ਹਿੰਦੀ ਫਿਲਮਾਂ ਨੇ ਬਣਦੀਆਂ, ਜੀ ਜੀ, ਉਹਨਾਂ ਦੇ ਵਿੱਚ ਅਕਸਰ ਆਖਿਆ ਜਾਂਦਾ ਵੀ ਉਹ ਮਤਲਬ ਫਿਲਮ ਹਿੱਟ ਹੋਣ ਦੇ ਲਈ ਪੰਜਾਬੀ ਗਾਣੇ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਤੁਸੀਂ ਇਸ ਨੂੰ ਕਿੰਨਾ ਕੁ ਜਾਇਜ਼ ਸਮਝਦੇ ਹੋ? ਦੇਖੋ ਜੀ, ਪੰਜਾਬੀ ਜਿੱਥੇ ਜਿੱਥੇ ਪੰਜਾਬੀ ਹੋਵੇਗੀ ਨਾ ਉੱਥੇ ਪੱਬ ਉੱਠਣੇ ਉੱਠਣੇ ਆ ਜੀ। ਤੁਸੀਂ ਯਕੀਨ ਕਰੋ ਕਿ ਤੁਸੀਂ ਪ੍ਰੋਗਰਾਮ ਫਰਜ਼ ਕਰ ਲਓ ਕੋਈ ਐਸੇ ਏਰੀਏ ਦੇ ਵਿੱਚ ਲਾਉਣ ਚੱਲੋ, ਕੇਰਲਾ ਲਾਉਣ ਚੱਲ ਜਾਓ, ਮਦਰਾਸ 'ਚ ਲਾਉਣ ਚੱਲ ਜਾਓ ਪ੍ਰੋਗਰਾਮ ਜੀ, ਔਰ ਤੁਸੀਂ ਉਹਨਾਂ ਦੇ ਭਾਸ਼ਾ ਦੇ ਵਿੱਚ ਤੁਸੀਂ ਗੀਤ ਗਾਓ, ਕੋਈ ਗੱਲ ਨਹੀਂ। ਜਦੋਂ ਪੰਜਾਬੀ ਮਤਲਬ ਗੀਤ ਤੁਸੀਂ ਸ਼ੁਰੂ ਕਰੋਗੇ ਨਾ, ਤੇ ਪਹਿਲਾਂ ਗੀਤ ਉਹ ਤੁਹਾਡੇ ਸੁਣਨਗੇ, ਜਿੱਥੇ ਵੀ ਤੁਸੀਂ ਜਾਓਗੇ ਪਹਿਲਾਂ ਗੀਤ ਜੋ ਵੀ ਗਾਓਗੇ ਉਹ ਸੁਣਨਗੇ ਉਹਨਾਂ ਦੀ ਭਾਸ਼ਾ ਵਾਲੇ, ਜਾਂ ਜਿਵੇਂ ਵੀ ਹਿੰਦੀ ਗਾਓਗੇ ਜਾਂ ਜੋ ਵੀ। ਜਦੋਂ ਤੁਸੀਂ ਪੰਜਾਬੀ ਦਾ ਗੀਤ ਸ਼ੁਰੂ ਕੀਤਾ ਨਹੀਂ ਤਾਂ ਉਹਨੇ ਨੱਚਣਾ ਸ਼ੁਰੂ ਕਰ ਦੇਣਾ। ਇਹ ਮੈਂ ਐਕਸਪੈਰੀਮੈਂਟ ਕੀਤਾ, ਮੈਂ ਵੀ ਉੱਥੇ ਇੰਡੀਆ ਦੇ ਵਿੱਚ ਅਲੱਗ ਅਲੱਗ ਐਸੀ ਜਗ੍ਹਾ 'ਤੇ ਵੀ ਮੈਂ ਪ੍ਰੋਗਰਾਮ ਲਾਏ ਆ ਜਿੱਥੇ ਪੰਜਾਬੀ ਨਹੀਂ ਚੰਗੀ ਤਰ੍ਹਾਂ ਬੋਲੀ ਜਾਂਦੀ, ਉਸ ਏਰੀਏ ਦੇ ਵਿੱਚ ਮੈਂ ਪ੍ਰੋਗਰਾਮ ਲਾਏ ਆ, ਪਰ ਗੱਲ ਤਾਂ ਹੁਣ ਪੰਜਾਬੀ ਹੈ ਅਤੇ ਗੱਲ ਪੰਜਾਬੀ ਦੀ ਕਰਨੀ ਆ ਨਾ, ਅਤੇ ਗੱਲ ਉਹੀ ਕਰਨੀ ਹੈ ਜਿਹਦੇ 'ਤੇ ਤੁਹਾਡੀ ਪਕੜ ਜ਼ਿਆਦਾ, ਅਤੇ ਪੰਜਾਬੀ ਦੇ ਪਕੜ ਆਪਣੀ ਜ਼ਿਆਦਾ ਇਸ ਕਰਕੇ ਵੀ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਾਂ, ਸਾਡੇ ਨਸ ਨਸ ਦੇ ਵਿੱਚ ਆ ਔਰ ਰਗ ਰਗ ਦੇ ਵਿੱਚ ਆ, ਅਤੇ ਜਦੋਂ ਪੰਜਾਬੀ ਆਪਾਂ ਕਿਤੇ ਵੀ ਜਾ ਕੇ ਪਰਫੋਰਮ ਕਰਾਂਗੇ ਆਪਣੇ ਜਿਹੜੇ ਮੇਰੇ ਆਏ ਹੋਏ ਗੀਤ ਆ, ਅਤੇ ਉਹ ਸੁਣਦੇ ਨਹੀਂ, ਫਿਰ ਉੱਥੇ ਭੰਗੜਾ ਪੈਂਦਾ, ਪੰਜਾਬੀ ਦਾ ਇਹ ਫਰਕ ਆ। ਵਾਹ ਜੀ ਵਾਹ। ਸੋ ਹੁਣ ਇਹ ਤੋਂ ਪਤਾ ਲੱਗਦਾ ਕਿ ਆਪਣੀ ਪੰਜਾਬੀ ਮਾਂ ਬੋਲੀ ਕਿੰਨੀ ਪੰਜਾਬੀ ਉੱਚੀ ਆ, ਕਿ ਮਤਲਬ ਫਿਲਮਾਂ ਹਿੰਦੀ ਫਿਲਮਾਂ ਬਣਨ ਉਹਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਆਪਾਂ ਕਹਿੰਦੇ ਹਾਂ, ਪੰਜਾਬੀ ਤੋਂ ਬਿਨਾਂ ਉੱਥੇ ਵੀ ਗਤੀ ਨਹੀਂ, ਕਰਨਾ ਪੈਂਦਾ ਉਹਨਾਂ ਨੂੰ ਵੀ ਪੰਜਾਬੀ ਗੀਤ ਵਿੱਚ ਪਾਉਣਾ ਪੈਂਦਾ। ਬਿਲਕੁਲ। ਸੋ ਹੁਣ ਆਪਾਂ ਚਲੇ ਜਾਂਦੇ ਪੰਜਾਬ ਦੀ ਸਿਆਸਤ ਵੱਲ। ਜੀ ਜੀ। ਸੋ ਅੱਜ ਕੱਲ੍ਹ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ ਵੀ ਗਾਇਕ ਸਿੱਧੂ ਮੂਸੇਵਾਲ, ਜੀ ਜੀ, ਅੱਜ ਕੱਲ੍ਹ ਉਹ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਚੁੱਕੇ ਆ। ਜੀ ਜੀ।
ਕੀ ਮਤਲਬ ਤੁਸੀਂ ਕੀ ਸਮਝਦੇ ਹੋ ਵੀ ਰਾਜਨੀਤੀ ਦੇ ਵਿੱਚ ਆਉਣਾ ਉਹਨਾਂ ਦਾ ਮਤਲਬ ਕੋਈ ਸਿਆਸਤ ਨੂੰ ਬਦਲਣਗੇ ਜਾਂ ਰਾਜਨੀਤੀ ਪਾਰਟੀਆਂ ਉਹਨਾਂ ਨੂੰ ਸਿਰਫ ਇੱਕ ਪਾਪੂਲਰ ਚਿਹਰਾ ਹੋਣ ਦੇ ਨਾਲ ਕੋਈ ਮਤਲਬ ਉਹਨਾਂ ਨੂੰ ਵਰਤਣਗੇ, ਤੁਹਾਡਾ ਕੀ ਕਹਿਣਾ ਆ? ਐਕਚੁਅਲੀ ਮੈਂ ਜਗਦੇਵ ਸਿੰਘ ਜੱਸੋਵਾਲ ਸਾਹਿਬ ਦੇ ਨਾਲ ਮੈਂ ਬਹੁਤ ਟਾਈਮ ਐਕਸਪੈਂਡ ਕੀਤਾ, ਬਹੁਤ ਜ਼ਿਆਦਾ। ਉਹਨਾਂ ਨੇ ਮੈਨੂੰ ਬਹੁਤ ਬਰੀਕੀਆਂ ਦੱਸੀਆਂ ਨੇ ਗਾਇਕੀ ਬਾਰੇ ਵੀ। ਗਾਇਕੀ ਬਾਰੇ ਦਾ ਮਤਲਬ ਇਹ ਨਹੀਂ ਵੀ ਗਾਉਣ ਬਾਰੇ, ਗਾਇਕੀ ਦਾ ਮਤਲਬ ਇਹ ਆ ਵੀ ਗਾਉਣਾ ਕਿਵੇਂ ਆ, ਯਾਨੀ ਕਿ ਕਿੱਦਾਂ ਲੋਕਾਂ ਨੂੰ ਕਰਨਾ, ਅਟਰੈਕਟ ਕਰਨਾ। ਅਤੇ ਉਹਨਾਂ ਨੇ ਰਾਜਨੀਤਿਕ ਬਾਰੇ ਵੀ, ਕਿਉਂਕਿ ਮੈਂ ਉਹਨਾਂ ਦੇ ਬੱਚਿਆਂ ਵਾਂਗੂ ਸੀਗਾ, ਉਹਨਾਂ ਦੇ ਕੋਲੋਂ ਬਹੁਤ ਗੁੜ੍ਹਤੀ ਮਿਲੀ ਮੈਨੂੰ ਇਹਨਾਂ ਚੀਜ਼ਾਂ ਦੀ। ਉਹ ਕਹਿੰਦੇ ਜਦੋਂ ਵੀ ਮਤਲਬ ਵੀ ਸਰਕਾਰ, ਮੌਕੇ ਦੀ ਮੌਜੂਦਾ ਸਰਕਾਰ ਆ ਨਾ, ਉਹ ਹਰ ਹੱਥਕੰਡਾ ਅਪਣਾਊਗੀ ਜਿਹਦੇ ਕਰਕੇ ਉਹਨਾਂ ਨੇ ਉਹ ਸੱਤਾ 'ਚ ਰਹਿਣਾ ਹੁੰਦਾ। ਉਹਦੇ ਲਈ ਕੁਛ ਵੀ ਦਾ ਮਤਲਬ ਵੀ ਕੁਛ ਵੀ ਕਰ ਸਕਦੀਆਂ ਨੇ। ਤੇ ਸਿੱਧੂ ਮੂਸੇਵਾਲਾ ਸਾਹਿਬ ਤੁਹਾਨੂੰ ਪਤਾ ਅੱਜ ਕੱਲ੍ਹ ਉਹਨਾਂ ਦੀ ਕਾਫੀ ਹੌਟ ਹੈ ਨਾ, ਮਤਲਬ ਪਾਪੂਲਰ ਕਾਫੀ ਚਿਹਰਾ ਹੈ ਲੋਕ ਪ੍ਰਿਆ ਨੇ ਤੇ ਪਾਪੂਲਰ ਚਿਹਰਾ ਹੈ, ਜੀ। ਇਸ ਕਰਕੇ ਉਹਨਾਂ ਨੇ ਕੈਸ਼ ਕਰਨਾ ਤੇ ਉਹ ਕੈਸ਼ ਕਰਨਗੇ। ਬਾਕੀ ਹਰ ਇੱਕ ਬੰਦੇ ਦਾ ਆਪੋ ਆਪਣਾ ਮਾਇੰਡ ਹੁੰਦਾ, ਹਰ ਇੱਕ ਬੰਦੇ ਦਾ ਆਪੋ ਆਪਣਾ ਦਿਮਾਗ ਹੈ। ਬਾਕੀ ਸਿੱਧੂ ਮੂਸੇਵਾਲਾ ਸਾਹਿਬ ਜਿਸ ਫੀਲਡ ਦੇ ਵਿੱਚ ਆਏ ਨੇ, ਤੇ ਉਮੀਦ ਤਾਂ ਉਹਨਾਂ ਤੋਂ ਵੀ ਇਹੀ ਕਰਦਾ ਹਰ ਬੰਦਾ ਜੀ ਜੀ ਕਿ ਚਲੋ ਕੁਛ ਨਾ ਕੁਛ ਸਮਾਜ ਦਾ ਸੁਧਾਰ ਹੋਵੇਗਾ। ਜੀ ਜੀ ਤੋ ਜੋ ਅੱਜ ਮਤਲਬ ਕਰਪਸ਼ਨ ਨਜ਼ਰ ਆ ਰਹੀ ਹੈ, ਜੋ ਅੱਜ ਮਤਲਬ ਵੀ ਲੋਕਾਂ ਦੇ ਹਾਲੋ ਬਿਹਾਲ ਹੋਏ ਹੋਏ ਨੇ ਲੋਕ, ਤੇ ਉਮੀਦ ਤਾਂ ਇਹੀ ਹਰ ਬੰਦਾ ਕਰਦਾ ਕਿ ਚਲੋ ਯਾਰ ਕੋਈ ਤਾਂ ਇਦਾਂ ਦਾ ਸ਼ਖਸ ਆਵੇ ਜਿਹੜਾ ਇਸ, ਕਿਉਂਕਿ ਜੇ ਗੰਦਾ ਪਾਣੀ ਆ ਨਾ ਬਿਲਕੁਲ ਤੇ ਉਹਨੂੰ ਪਾਣੀ ਨਾਲ ਹੀ ਸਾਫ਼ ਕੀਤਾ ਜਾ ਸਕਦਾ, ਹੋਰ ਕੋਈ ਉਪਰਾਲਾ ਨਹੀਂ। ਜੀ ਜੀ ਤੇ ਜੀ ਇਸ ਕਰਕੇ ਜੇ ਗੰਦਲਾ ਪਾਣੀ ਹੋਇਆ ਹੋਇਆ ਉਹਨੂੰ ਜੇ ਸਾਫ਼ ਵੀ ਤਾਂ ਜੇ ਰਾਜਨੀਤੀ 'ਚ ਆ ਕੇ ਉਹਨੂੰ ਕੀਤਾ ਜਾ ਸਕੇ ਤੇ ਬਹੁਤ ਵਧੀਆ ਗੱਲ ਆ। ਤੇ ਅਸੀਂ ਉਹਨਾਂ ਨੂੰ ਬੈਸਟ ਵਿਸ਼ੇਸ ਦਿੰਦੇ ਹਾਂ ਕਿ ਤੁਹਾਡੇ ਤੁਹਾਡੇ ਅਕੋਰਡਿੰਗ ਵੀ ਉਹਨਾਂ ਦਾ ਅੱਛਾ ਕਦਮ ਹੈ ਵੀ ਉਹ ਆ ਕੇ ਰਾਜਨੀਤੀ ਵਿੱਚ ਜਾਂ ਲੋਕਾਂ ਦੇ ਭਲਾਈ ਦੇ ਲਈ ਕੋਈ ਅੱਛੇ ਕਰਮ ਕਰਨਗੇ? ਦੇਖੋ, ਉਮੀਦ ਤਾਂ ਭਾਵੇਂ ਕੋਈ ਵੀ ਹੋਵੇ, ਲੋਕ ਉਮੀਦ ਤਾਂ ਇਸੇ ਉਮੀਦ ਦੇ ਨਾਲ ਮਤਲਬ ਵੋਟਾਂ ਪਾਉਂਦੇ ਨੇ ਨਾ, ਤੇ ਵੀ ਕੁਛ ਹੋਊਗਾ। ਜਦੋਂ ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਮਤਲਬ ਜਿਹਨੇ ਲਾਇਆ ਗੱਲੀ ਉਹਦੇ ਨਾਲ ਉੱਠ ਚੱਲੀ, ਜਦੋਂ ਉਹ ਗੱਲ ਬਾਅਦ 'ਚ ਆਪਾਂ ਨੂੰ ਦੇਖਣ ਨੂੰ ਮਿਲਦੀ ਆ, ਤੇ ਫਿਰ ਉਹ ਮਨ ਤਾਂ ਦਿਲ ਤਾਂ ਜ਼ਰੂਰ ਦੁਖਦਾ। ਜੀ 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 ਤੇ ਬਾਕੀ ਤਾਂ ਇਹ ਆ ਵੀ ਰਾਜਨੀਤੀ ਦੇ ਵਿੱਚ ਵਧੀਆ ਬੰਦੇ ਆਉਣ, ਪੜ੍ਹੇ ਲਿਖੇ ਬੰਦੇ ਆਉਣ, ਤੇ ਤਾਂ ਹੀ ਸੁਧਾਰ ਹੋ ਸਕਦਾ ਮਹਾਰਾਜ, ਜੀ 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 ਨਹੀਂ ਤਾਂ ਔਖਾ। ਜੀ ਅੱਛਾ ਜੀ, ਹੁਣ ਆਪਾਂ ਚਲੇ ਜਾਂਦੇ ਹਾਂ ਕਿਸਾਨੀ ਸੰਘਰਸ਼ ਵੱਲ। ਜੀ ਜੀ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਆ ਵੀ ਮੋਦੀ ਸਰਕਾਰ ਦੇ ਜਿਹੜੇ ਕਾਲੇ ਕਾਨੂੰਨ ਸੀਗੇ ਉਹ ਉਹਨਾਂ ਨੇ ਵਾਪਸ ਲੈ ਲਿਆ, ਜੀ ਜੀ ਤੇ ਕਿਸਾਨਾਂ ਦੀ ਜਿੱਤ ਹੋਈ ਆ, ਤੁਸੀਂ ਇਸ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਸਾਡੀ ਇਹ ਕਿਸਾਨਾਂ ਦੀ ਜਿੱਤ ਨਹੀਂ, ਸਾਡੀ ਜਿੱਤ ਆ। ਜੀ ਆਪਾਂ ਕਿਸਾਨ ਕਹਿ ਕੇ ਵੀ ਆਪਾਂ ਆਪਣੇ ਆਪ ਨੂੰ ਥੋੜ੍ਹਾ ਕਈ ਵਾਰ ਅਲੱਗ ਕਰ ਲੈਂਦੇ ਹਾਂ। ਮੈਂ ਤਾਂ ਕਹਿੰਦਾ ਸਾਡੀ ਜਿੱਤ ਆ, ਪੰਜਾਬੀ ਦੀ ਜਿੱਤ ਆ, ਪੰਜਾਬੀ ਮਾਂ ਬੋਲੀ ਦੀ ਜਿੱਤ ਆ ਇਹ। ਔਰ ਇਸ ਤੋਂ ਬਿਨਾਂ ਮਤਲਬ ਉਹਦਾ ਛੁਟਕਾਰਾ ਨਹੀਂ ਸੀ ਜੀ, ਉਹਨੂੰ ਕਾਨੂੰਨ ਵਾਪਸ ਕਰਨੇ ਹੀ ਪੈਣੇ ਸੀਗੇ। ਔਰ ਇਹ ਮਤਲਬ ਅੰਦਰੋਂ ਅੰਦਰੀ ਪਤਾ ਵੀ ਸੀਗਾ, ਤੇ ਕਈ ਵਾਰੀ ਬੰਦੇ ਨੂੰ ਗਲਤ ਫਹਿਮੀ ਹੋ ਜਾਂਦੀ ਆ, ਪਰ ਗਲਤ ਫਹਿਮੀ ਉਹਨਾਂ ਦੀ ਦੂਰ ਹੋ ਗਈ ਮੋਦੀ ਸਾਹਿਬ ਦੀ, ਤੇ ਬਹੁਤ ਵੱਡੀ ਗੱਲ ਹੋਈ ਆ। ਤੇ ਕਿਸਾਨ ਚੜ੍ਹਦੀ ਕਲਾ 'ਚ ਰਹਿਣ, ਔਰ ਜਿਹੜੇ ਸ਼ਹੀਦ ਹੋ ਗਏ ਨੇ, ਤੇ ਬਿਲਕੁਲ ਸੱਚੇ 700 ਦੇ ਪਾਤਸ਼ਾਹ, ਕਰੀਬ ਸ਼ਹੀਦ ਹੋ ਬਿਲਕੁਲ ਗਏ ਨੇ, ਇਹ ਇੱਕ ਬਹੁਤ, ਇਹ ਜ਼ਰੂਰ ਸਾਨੂੰ ਘਾਟਾ ਪਿਆ। ਚਲੋ ਮੋਰਚਾ ਤਾਂ ਆਪਾਂ ਜਿੱਤ ਲਿਆ, ਪਰ ਆਹ ਜਿਹੜਾ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਇਹਦਾ ਹਮੇਸ਼ਾ ਸਾਨੂੰ ਦੁੱਖ ਰਹੂਗਾ। ਤੇ ਕਾਸ਼ ਇਹ ਕਾਨੂੰਨ ਪਹਿਲਾਂ ਹੀ ਵਾਪਸ ਹੋ ਜਾਂਦੇ, ਤਾਂ ਹੋ ਸਕਦਾ ਇੰਨੀਆਂ ਜਾਨਾਂ ਨਾ ਜਾਂਦੀਆਂ। ਬਿਲਕੁਲ ਜੀ ਤੇ ਬਿਲਕੁਲ, ਇਸ ਕਰਕੇ ਉਹਨਾਂ ਨੂੰ ਵੀ ਸਲਿਊਟ ਕਰਦੇ ਹਾਂ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ, ਪੰਜਾਬੀ ਆਪਣੇ ਕਿਸਾਨ ਦੇ ਵਿੱਚ, ਕਿਸਾਨ ਮਜ਼ਦੂਰ ਏਕਤਾ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ, ਯੋਗਦਾਨ ਕਿਸੇ ਨੇ ਕਿਸੇ ਤਰ੍ਹਾਂ ਪਾਇਆ, ਕਿਸੇ ਨੇ ਕਿਸੇ ਤਰ੍ਹਾਂ ਪਾਇਆ, ਪਰ ਉਹਨਾਂ ਨੇ ਆਪਣੀ ਜਾਨ ਦੀ ਅਹੁਤੀ ਦੇ ਕੇ ਯੋਗਦਾਨ ਪਾਤਾ, ਹੈ ਨਾ, ਜਿਹੜੇ ਅੱਜ ਸਾਡੇ ਦਰਮਿਆਨ ਨਹੀਂ ਹੈ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਹੈ ਕਿ ਉਹਨਾਂ ਦੇ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ, ਔਰ ਹਮੇਸ਼ਾ ਬੱਚੇ ਉਹਨਾਂ ਦੀਆਂ ਤਰੱਕੀਆਂ ਕਰਨ, ਇਹੀ ਦੁਆਵਾਂ ਨੇ ਉਹਨਾਂ ਵਾਸਤੇ। ਜੀ ਜੀ ਸੰਘਰਸ਼ ਦੇ ਲਈ ਤੁਸੀਂ ਵੀ ਮੈਨੂੰ ਲੱਗਦਾ ਇੱਕ ਗਾਣਾ ਪਿੱਛੇ ਜੇ ਟਿਮਟਮਾਉਂਦੇ ਸੀਗੇ, ਤੋ ਜੇ ਉਸ ਗਾਣੇ ਦੇ ਬੋਲ ਦੋ ਸਾਂਝੇ ਹੋ ਜਾਣ। ਹਾਂਜੀ, ਉਹ ਇਦਾਂ ਨੇ, ਹੁਣ ਆਪਾਂ ਜਿੱਤ ਚੁੱਕੇ ਹਾਂ, ਉਹ ਗੀਤ ਸੀਗਾ ਜਦੋਂ ਜਿੱਤਣ ਤੱਕ ਜਦੋਂ ਜਹਿ ਸੀਗੀ, ਜੀ, ਤੇ ਹੁਣ ਆਪਾਂ ਜਿੱਤ ਚੁੱਕੇ ਹਾਂ, ਜਿੱਤ ਚੁੱਕੇ ਹਾਂ, ਤੇ ਉਹ ਗੀਤ ਉਦੋਂ ਦਾ ਸੀਗਾ ਜਦੋਂ ਆਪਾਂ ਕਹਿੰਦੇ ਸੀ ਕਾਨੂੰਨ ਵਾਪਸ ਲਓ, ਪਰ ਅੱਜ ਹੁਣ ਖੁਸ਼ੀ ਦਾ ਜਲਾਓ ਆ, ਜੀ, ਤੇ ਹੁਣ ਤਾਂ ਇਹੀ ਕਹਿ ਸਕਦੇ, ਜੱਗ ਜੱਟ ਵਾਂਗੂ ਯਾਰਾਂ ਦੀ ਚੜ੍ਹਾਈ ਬੱਲੀ ਇਹ ਨਹੀਂ, ਜੱਗ ਜੱਟ ਵਾਂਗੂ, ਜੱਟ ਵਾਂਗੂ ਯਾਰਾਂ ਦੀ ਚੜ੍ਹਾਈ ਬੱਲੀ ਇਹ ਨਹੀਂ, ਜੱਗੇ ਜੱਟ ਵਾਂਗੂ, ਜੱਗੇ ਜੱਟ ਵਾਂਗੂ ਯਾਰਾਂ ਦੀ ਚੜ੍ਹਾਈ ਦਿੱਲੀ ਐ ਨਹੀਂ, ਜੱਗੇ ਜੱਟ ਵਾਂਗੂ, ਜੱਟ ਵਾਂਗੂ ਯਾਰਾਂ ਦੀ ਚੜ੍ਹਾਈ ਬੱਲੀ ਐ ਨਹੀਂ, ਜੱਗੇ ਜੱਟ ਵਾਂਗੂ। ਸੋ ਮਨਜੀਤ ਰੂਪੋਵਾਲ ਜੀ, ਲਾਸਟ ਤੇ ਨੌਜਵਾਨਾਂ ਲਈ
जी कोई जिहड़े नवें मतलब अज कल गायक मतलब इस फील्ड दे विच आए ने, जी जी कोई तुहाडा सुनेहा मैसेज? एक्चुअली मैं तकरीबन हुण तक मेरी जिन्नी भी इस फील्ड दे विच मैनूं हो गया, मैं हमेशा सुझाव लैण वाले कतार दे विच खड़ा होया। पर अज तुसीं मैनूं कहिंदे कि सुझाव दिओ, सुझाव तां इही है कि आपां वड्डिआं दा सत्कार करिए, बजुर्गां नूं प्यार करिए, मावां नूं प्यार करिए और बच्चों नूं प्यार करिए। और सियाने कहिंदे कि जिंदगी बहुत थोड़ी आ, जे समझ आ जाए जी तो फिर बंदा किसी नाल मन मुटाव नहीं करता, किसी नाल नफरत नहीं करता, किसी नाल जैलसीज नहीं करता। इस करके प्यार करिए सारयां नूं, ते प्यार लईए ते प्यार दईए, बस यही आ मेरियां। चाहे वह नौजवान होवे ते चाहे मेरी भैन भीर बजुर्ग बच्चे जो भी होण, प्यार दईए ते प्यार लईए, बस यही मेरी दिली तमन्ना है कि सारे आपां मिलवरतन दे नाल रहीए। क्योंकि जी हुण तां वैसे भी करोना ने बहुत कुछ सिखाता सानू, बिल्कुल ते हुण तां प्यार वैसे ही आपां नूं कर लैणा चाहीदा एक दूजे दे नाल, तो जिंदगी दा कोई भरोसा नहीं। जी इस जी जी करके सारे चढ़दी कला च रहो, सारे हसदे वसदे रहो, सारे जी नचदे रहो, जी यही मेरियां दुआवां ने। तुहानूं तत्ती वार ना लगे किसे नूं भी। कोई आने वाला प्रोजेक्ट जी दसना चाहूँ हाँ जी बिल्कुल बिल्कुल। तो प्रोजेक्ट तां तकरीबन करोना करके क्योंकि कई प्रोजेक्ट गीत करन कीते भी होए ने, तो? और समय समय ते आपां जदों ये देखदे आं भी करोना थोड़ा जिहा घटे तां मतलब फिर आपां गीत लॉन्च करिए, भी नहीं ते नवें प्रोजेक्ट कीते होए ने जल्दी तो जल्दी स्रोतां दी झोली दे विच पावांगे सारे। जी। जी सो ये सन मनजीत रूप वाले जिन्हां ने अपने गायकी सफर बारे दस्या, किसानी संघर्ष की जिहड़ी जित हुई है उन्हां बारे इन्हां ने बहुत खुशी का प्रगटावा किया। सो तुसीं देखते रहो जगबाणी टीवी, अगली मुलाकात होवे किसी खास शख्सियत दे नाल। मैं दलवीर जल्लोवालिया, कैमरामैन हरप्रीत सिंह दे नाल, थैंक यू। एंटरटेनमेंट नाल जुड़ी हर एक खबर लई साडा फेसबुक पेज बॉलीवुड तड़का पंजाबी लाइक करो, यूट्यूब चैनल सब्सक्राइब करो ते इंस्टाग्राम पेज नू फॉलो करो।